ਸਤਿਮੰਦੋ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਿਸ਼ਰੀ ਕਾਲ ਲੁਧਿਆਣਾ ਵੱਲੋਂ ਐਸਐਮਸੀ ਗੁਰਮਤ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਆਪ ਸਾਰਿਆਂ ਦਾ ਹੀ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਸਿੱਖ ਰਾਜ ਕਿਵੇਂ ਬਣਿਆ ਉਹਦੇ ਨਾਲ ਸੰਬੰਧਿਤ ਹੈ ਬਹੁਤ ਲੰਬੀ ਇੱਕ ਕਹਾਣੀ ਦਾਸਤਾਨ ਹੈ ਸਿੱਖ ਰਾਜ ਬਣਨ ਦੀ ਔਰ ਬਹੁਤ ਹੀ ਦਰਦਨਾਕ ਕਹਾਣੀ ਹੈ ਸਿੱਖ ਰਾਜ ਜਾਣ ਦੀ ਦੋਨੇ ਚੀਜ਼ਾਂ ਜਦੋਂ ਅੰਦਰ ਖਿਆਲ ਆਉਂਦਾ ਹੈ ਸ਼ਹੀਦਾਂ ਦੇ ਖੂਨ ਦੇ ਵਿੱਚੋਂ ਮਰੀ ਹੋਈ ਸਰਦਾਰੀ ਸ਼ਾਇਦ ਅਸੀਂ ਸੰਭਾਲ ਨਾ ਸਕੇ ਇਹ ਕਾਰਨ ਹਮ ਜਿਹੜੇ ਵੀ ਤੇਜਿੰਦਰ ਸਿੰਘ ਜੀ ਆਪ ਦੀ ਨਾਲ ਸਾਂਝ ਕਰਨਗੇ ਪਰ ਰਾਜ ਬਣਿਆ ਕਿਵੇਂ ਗੁਰੂ ਕਾਲ ਤੋਂ ਲੈ ਕੇ 1708 ਤੋਂ ਬਾਅਦ ਦਾ ਸਮਾਂ ਤਾਂ ਬੰਦਾ ਸਿੰਘ ਬਹਾਦਰ ਦਾ ਪਹਿਲਾ ਸਿੱਖ ਬਾਦਸ਼ਾਹ ਸਰਹੰਦ ਨੂੰ ਜਿੱਤਣ ਵਾਲੇ ਉਹ ਸਾਰੀ ਦਾਸਤਾਨ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਣੀ ਹੈ। ਤਾਂ ਬੇਨਤੀ ਕਰਦਾ ਹਾਂ ਵੀਰ ਤੇਂਦਰ ਸਿੰਘ ਜੀ ਕਿਰਪਾ ਕਰੋ ਅੱਜ ਦਾ ਆਪਣਾ ਵਿਚਾਰ ਆਰੰਭ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਉ ਗੁਰਪ੍ਰਸਾਦ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਿੱਖ ਮਿਸਰੀ ਕਾਲਜ ਦੇ ਗੁਰਮਤਿ ਕਲਾਸ ਯੂਐਸਏ ਦੇ ਵਿੱਚ ਦੇਸ਼ ਪ੍ਰਦੇਸ਼ਾਂ ਵਿੱਚੋਂ ਜੁੜੇ ਹੋਏ ਵੀਰਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਵਿਸ਼ਾ ਆਰੰਭ ਕਰਨ ਦੀ ਆਪਾਸੋਂ ਦੋਹਾਂ ਜੋੜ ਕੇ ਅਸੀਂ ਸੰਗਤਾਂ ਹਾਂ ਜਿਵੇਂ ਕਿ ਸਤਿਕਾਰਯੋਗ ਸਰਾਰ ਜੀ ਸਿੰਘੀ ਚੇਅਰਮੈਨ ਸਿੰਘ ਮਿਸ਼ਰੇ ਕਾਰਾ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਇਹ ਇੱਕ ਬਹੁਤ ਮਹੱਤਵਪੂਰਨ ਵਿਸ਼ਾ ਹੈ ਕਿ ਜੋ ਸਾਡੇ ਮਨਾਂ ਦੇ ਵਿੱਚ ਹਰ ਇੱਕ ਗੁਰਸਿੱਖ ਦੇ ਅੰਦਰ ਇਹ ਇੱਕ ਤੜਪ ਹੈ ਮਨ ਦੇ ਅੰਦਰ ਕਿ ਸਾਡਾ ਸਿੱਖ ਰਾਜ ਬਣਿਆ ਔਰ ਫਿਰ ਉਹ ਖਤਮ ਵੀ ਹੋ ਗਿਆ ਤੋ ਇਹ ਦੋਨੋ ਜਿਹੜੇ ਪੱਖ ਹਨ ਇਹ ਬਹੁਤ ਵਿਚਾਰਨ ਵਾਲੇ ਪੱਖ ਹਨ ਕਿਉਂਕਿ ਜਿੰਨੀ ਜਦੋਂ ਜਿਹੜੀ ਹੈ ਉਹ ਇਸ ਨੂੰ ਬਣਾਉਣ ਦੇ ਵਿੱਚ ਲੱਗੀ ਹੈ ਔਰ ਉਸ ਨੂੰ ਕਿਵੇਂ ਫਿਲਟਰ ਵੇ ਕੀਤਾ ਗਿਆ ਕਿਵੇਂ ਉਸ ਨੂੰ ਅੰਗਰੇਜ਼ਾਂ ਦੇ ਦੁਬੇਲ ਬਣ ਕੇ ਜਿਨ੍ਹਾਂ ਦੇ ਉੱਪਰ ਮਹਾਰਾਜ ਰਣਜੀਤ ਸਿੰਘ ਨੇ ਵਿਸ਼ਵਾਸ ਕੀਤਾ ਆਪਣੀ ਜ਼ਿੰਦਗੀ ਭਰ ਔਰ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਗਦਾਰੀ ਕੀਤੀ ਗਈ ਰੂਸ ਤੋਂ ਬਾਅਦ ਕਿਵੇਂ ਅੰਗਰੇਜ਼ਾਂ ਨਾਲ ਮਿਲ ਕਰਕੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਬੱਚੇ ਸਨ ਔਰ ਜਿਹੜੇ ਚੁਣੇਂਦਾ ਜਿਹੜੇ ਗੁਰਸਿੱਖ ਸਨ ਉਸ ਵੇਲੇ ਦੇ ਉਹਨਾਂ ਦਾ ਕਿਵੇਂ ਕਤਲ ਕੀਤਾ ਗਿਆ ਔਰ ਜਿਸ ਵੇਲੇ ਲੜਾਈਆਂ ਹੋਈਆਂ ਕਿਵੇਂ ਉਹਦੇ ਅੰਦਰ ਸਿੱਖ ਪੰਥ ਦੇ ਪਿੱਠ ਵਿੱਚ ਛੁਰਾ ਕੋ ਕੇ ਤੇ ਕਿਵੇਂ ਉਹ ਜਿੱਤੇ ਹੋਏ ਜੰਗ ਨੂੰ ਵੀ ਹਾਰੇ ਦੇ ਵਿੱਚ ਉਹਨਾਂ ਨੇ ਤਬਦੀਲ ਕਰ ਦਿੱਤਾ ਤਾਂ ਇੱਕ ਬੜੀ ਦਰਦਨਾਕ ਕਹਾਣੀ ਹੈ ਤੇ ਮੈਂ ਅੱਜ ਜੋ ਗਿਸ਼ਾ ਆਪ ਜੀ ਦੇ ਨਾਲ ਸਾਂਝਾ ਕਰ ਰਿਹਾ ਹਾਂ ਉਹ ਹੈ ਕਿ ਸਿੱਖ ਰਾਜ ਬਣਿਆ ਕਿਵੇਂ ਤੋਂ ਇਹ ਸਾਰੇ ਅਸੀਂ ਜਾਣਦੇ ਹਾਂ ਕਿ ਸਾਡੀ ਕੋਈ ਵੀ ਵਾਰਤਾ ਜਿਹੜੀ ਹੈ ਜਾਂ ਕੋਈ ਵੀ ਗੱਲ ਹੈ ਉਹਦਾ ਆਰੰਭ ਜਦੋਂ ਅਸੀਂ ਕਰਦੇ ਹਾਂ ਤਾਂ ਸਾਡੇ ਜੀਹਨ ਦੇ ਵਿੱਚ ਸਾਡੇ ਸਿੱਖ ਧਰਮ ਦੇ ਸੰਸਥਾਪਕ ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਹਨ ਉਹਨਾਂ ਤੋਂ ਹੀ ਸ਼ੁਰੂ ਹੁੰਦੀ ਹੈ ਉਹ ਇਹ ਜਦੋਂ ਜਿਹੜੀ ਹੈ ਜਿਸ ਦੇ ਵਿੱਚ ਸਾਡੇ ਅੰਦਰ ਸਾਡੀ ਜੈਨੀਤ ਦੇ ਅੰਦਰ ਇੱਕ ਐਸਾ ਜਿਹੜਾ ਹੈ ਖਿਆਲ ਪੈਦਾ ਕੀਤਾ ਗਿਆ ਇਸ ਵੇਲੇ ਗੁਰਨਾਣਕ ਪਾਸ਼ਾ ਜੀ ਨੇ ਦੇਖਿਆ ਸਾਰੇ ਪਾਸੇ ਕਿ ਸਾਰੇ ਪਾਸੇ ਜੋ ਆਮ ਲੋਕਾਈ ਹੈ ਉਸ ਨੂੰ ਬੜੀ ਬੁਰੀ ਤਰ੍ਹਾਂ ਦੇ ਨਾਲ ਲਤਾੜਿਆ ਜਾ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਲੁੱੜ ਕਸਟ ਹੋ ਰਹੀ ਹੈ ਔਰ ਉਹਦੇ ਵਿੱਚ ਜਿਹੜਾ ਮੇਨ ਰੋਲ ਹੈ ਉਹ ਧਾਰਮਿਕ ਬੰਦੇ ਦਾ ਹੁੰਦਾ ਹੈ ਕਿ ਧਾਰਮਿਕ ਬੰਦੇ ਐਸੀ ਸਿਚੁਏਸ਼ਨ ਦੇ ਅੰਦਰ ਉਹਨਾਂ ਦਾ ਬਚਾਅ ਕਰਨ ਲੇਕਿਨ ਬਚਾਅ ਕਰਨ ਦੀ ਬਜਾਏ ਉਹ ਜਿਹੜੇ ਉਸ ਵੇਲੇ ਦੇ ਰਾਜੇ ਸਨ ਔਰ ਜਿਹੜੇ ਉਹਨਾਂ ਦੇ ਅਹਿਲਕਾਰ ਸਨ ਉਹਨਾਂ ਸਾਰਿਆਂ ਨੇ ਹੀ ਜੋ ਐਸਾ ਰੋਲ ਅਦਾ ਕੀਤਾ ਕਿ ਜਿਹਦੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਉਹ ਲੁਕਾਈ ਉਸ ਵੇਲੇ ਤਰਾਸ ਤਰਾਸ ਕਰ ਰਹੀ ਸੀਗੀ ਤੋ ਮਲਾਰ ਕੀ ਵਾਰ ਦੇ ਵਿੱਚ ਪਹਿਲੇ ਪਾਸ਼ਾ ਦੇ ਮੁਬਾਰਕ ਬੋਲ ਜਿਹੜੇ ਹਨ ਸਾਨੂੰ ਇਸ ਪਾਸੇ ਵੱਲ ਧਿਆਨ ਦਿਵਾਉਂਦੇ ਹਨ ਕਿ ਰਾਜੇ ਸ਼ੀ ਮੁਕਦਮ ਕੁੱਤੇ ਜਾਏ ਜਗਾਨ ਬੈਠੇ ਸੁੱਤੇ ਚਾਕਰ ਨੈਂਦਾ ਪਾਇਨ ਕਾਓ ਰਤ ਪਿਤ ਕੁੱਤੇਓ ਚਟ ਜਾ ਤੋ ਭਾਵ ਕਿ ਨਾਮ ਤੋਂ ਸਖਣੀ ਜਿਹੜੀ ਵਿਦਿਆ ਦਾ ਹਾਲ ਇਹ ਸੀਗਾ ਕਿ ਰਾਜੇ ਮਾਨੋ ਸ਼ੇਰ ਹਨ ਤੇ ਉਹਨਾਂ ਦੇ ਪੜੇ ਹੋਏ ਐਲਕਾਰ ਮਾਨੋ ਕੁੱਤੇ ਹਨ ਕਿਉਂਕਿ ਰਾਜਿਆਂ ਦੀ ਜਿਹੜੀ ਜੀਹ ਜੁਰੀ ਕਰਦੇ ਹਨ ਜਿਹੜੀ ਉਹਨਾਂ ਦੀ ਹਰ ਚੰਗੀ ਮਾੜੀ ਗੱਲ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਹਨ ਉਹਨਾਂ ਦੇ ਬਾਰੇ ਧੰਗੁਰ ਨਾਨਕ ਪਾਤਸ਼ਾਹ ਜੀ ਨੇ ਇਸ ਫਲਾਰ ਕੀ ਵਾਰ ਦੇ ਵਾਰ ਦੇ ਵਿੱਚ ਇੰਡੀਕੇਸ਼ਨ ਕੀਤੀ ਹੈ ਕਿ ਉਹ ਐਲਕਾਰ ਜਿਹੜੇ ਸਨ ਇੰਨੇ ਨਸ਼ੇ ਦੇ ਵੀ ਸਮ ਰਾਜ ਸੱਤਾ ਦੇ ਕਿ ਜਾਇ ਜਗਾਂ ਬੈਠੇ ਸੁੱਤੇ ਬੈਠੇ ਸੁੱਤੇ ਬੰਦਿਆਂ ਨੂੰ ਵੀ ਉਹ ਬਾ ਉਹ ਵੇਲੇ ਕੁਵੇਲੇ ਜਾ ਕੇ ਜਗਾਉਂਦੇ ਤੇ ਉਹਨਾਂ ਨੂੰ ਤੰਗ ਕਰਦੇ ਸਨ ਚਾਕਰ ਨੇਂ ਦਾ ਪਾਇਣ ਕਾਓ ਇਹ ਐਲਕਰ ਮਨ ਨੂੰ ਸ਼ੇਰਾਂ ਦੀਆਂ ਨੋਂਦ ਰਹਨ ਜੋ ਲੋਕਾਂ ਦਾ ਘਾਤ ਕਰਦੀਆਂ ਹਨ ਔਰ ਰਤ ਪੇਤ ਕੁੱਤੇ ਉੱ ਚੜ ਜਾਓ ਰਾਜੇ ਸ਼ੇਹ ਨਾ ਮੁਕਦਮ ਕੁੱਤੇ ਆਦੀ ਰਹੀ ਲੋਕਾਂ ਦਾ ਲਉ ਪੀਂਦੇ ਹਨ ਇਸੇ ਵਿਚਾਰ ਤਾਰਾ ਨੂੰ ਗੁਰਨਾਨਕ ਪਾਤਸ਼ਾਹ ਜੀ ਨੇ ਅੱਗੇ ਜਾ ਕੇ ਵੀ ਸਾਨੂੰ ਤਾਰਨਾ ਕੀਤੀ ਹੈ ਜਦੋਂ ਮਾਂਝੀ ਵਾਰ ਦੇ ਵਿੱਚ ਸ਼ਲੋਕ ਮੰਨਾ ਪਹਿਲਾ ਦੇ ਵਿੱਚ ਦੱਸਦੇ ਹਨ ਕਿ ਕਲ ਕਾਤੀ ਰਾਜੇ ਕਸਾਈ ਤਰਮ ਪੰਕ ਕਰੂ ਡਰਿਆ ਸਚ ਗੂੜ અમાਵ ਸਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ ਆਉਪਾਲ ਵਿਕੁੰਨੀ ਹੋਈ ਆਂਧੇਰੇ ਰਾ ਨ ਕੋਈ ਵਿੱਚ ਹਉਮੇ ਕਰ ਦੁਖ ਰੋਈ ਕੋ ਨਾਨਕ ਕਿਨ ਵਿਦਗਤ ਹੋਈ ਤੋ ਇਹਨਾਂ ਪੰਕਤੀਆਂ ਤੋਂ ਸਾਨੂੰ ਸਤਗੁਰ ਪਾਸ਼ਾ ਜੀ ਨੇ ਸੁਚੇਤ ਕੀਤਾ ਉਸ ਸਮੇਂ ਦੇ ਅੰਦਰ ਇਹ ਇੱਕ ਹੋਰ ਕਾਲਜੁਗੀ ਸੁਭਾਅ ਮਾਨੋ ਛੁਰੀ ਹੈ ਜਿਸ ਦੇ ਕਾਰਨ ਰਾਜੇ ਜਾਲਨ ਹੋ ਰਹੇ ਹਨ ਇਸ ਵਾਸਤੇ ਧਰਮ ਖੰਭ ਲਾ ਕੇ ਉੱਡ ਗਿਆ ਤਾਂ ਇਹ ਇੱਕ ਬੜੀ ਵੱਡੀ ਗੱਲ ਸੀਗੀ ਕਿ ਧਰਮ ਨੇ ਅਗਵਾਈ ਦੇਣੀ ਸੀ ਧਰਮ ਨੇ ਚੰਗੇ ਇਨਸਾਨ ਬਣਾਉਣਾ ਸੀ ਔਰ ਰਾਜਿਆਂ ਦੇ ਤੱਕਿਆਂ ਤੋਂ ਧਰਮ ਨੇ ਬਚਾਉਣਾ ਸੀ ਲੇਕਿਨ ਐਸਾ ਉਹਨਾਂ ਨੂੰ ਗੁਰੂ ਰਣਕਪਾਤ ਜੀ ਨੂੰ ਦੱਸਿਆ ਨਹੀਂ ਕੂੜ ਅਮਾਵਸ ਸਚ ਚੰਦਰਮਾ ਦੀ ਸੇ ਨਹੀਂ ਕਹਿ ਚੜਿਆ ਕੂੜ ਮਾਨੋ ਮਸੀਹ ਦੀ ਰਾਤ ਹੈ ਇਸ ਵਿੱਚ ਸੱਚ ਚੰਦਰ ਰੂਪ ਚੰ드ਰਾ ਕਿਤੇ ਚੜਿਆ ਦਿਸਦਾ ਹੀ ਨਹੀਂ ਹੈ ਆਪ ਸਾਰੇ ਪਾਸੇ ਕੂੜ ਦਾ ਪਸਾਰਾ ਹੈ ਸੱਚ ਦੀ ਸੱਚ ਰੂਪੀ ਚੰ드ਰਾ ਕਿਤੇ ਵੀ ਨਜ਼ਰ ਨਹੀਂ ਆਉਂਦਾ ਤੋ ਕਿਸੇ ਪਾਸੇ ਵੀ ਲੱਭਣ ਦੀ ਕੋਸ਼ਿਸ਼ ਕਰੋ ਤੋ ਧਰਮ ਦੀ ਗੱਲ ਜਿਹੜੀ ਕਿਤੇ ਵੀ ਨਜ਼ਰ ਨਹੀਂ ਆਉਂਦੀ ਹਉ ਪਾਲ ਵੀ ਕੁੰਨੀ ਹੋਈ ਵੀ ਕੁੰਨੀ ਤੋਂ ਭਾਵ ਮੈਂ ਵਿਅਕਲ ਹੋ ਗਈ ਲੱਭ ਲਾ ਕੇ ਕਿ ਕਿਤੋਂ ਸੱਚ ਲੱਭ ਜਾਏ ਵਿਚ ਹਉਮੈ ਕਰ ਦੁਖ ਰਹੀ ਇਸ ਅਨੇਰੇ ਵਿੱਚ ਸ੍ਰਿਸ਼ਟੀ ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ ਕੋ ਨਾਨਕ ਕਿਨ ਵਿਦਗਤ ਹੋਈ ਹੈ ਨਾਨਕ ਕਿਵੇਂ ਇਸ ਤੋਂ ਖਲਾਸੀ ਹੋ ਗਏ ਤੋ ਇਹ ਜਿਹੜੇ ਬੋਲ ਹਨ ਸਾਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਅਰੰਭਕ ਜਿਹੜੇ ਬੋਲ ਸਾਨੂੰ ਗੁਰਬਾਣੀ ਦੇ ਵਿੱਚੋਂ ਸਿੱਧਾ ਮਿਲਦੀਆਂ ਹਨ ਤੇ ਫਿਰ ਭਾਈ ਗੁਰਦਾਸ ਜੀ ਨੇ ਵੀ ਇਸ ਪਾਸੇ ਸਾਨੂੰ ਸਿੱਧਾ ਦਵਾਇਆਂ ਹਨ ਕਿ ਗੁਰੂ ਨਾਨਕ ਪਾਸ਼ਾ ਨੇ ਆਪਣੇ ਸਮੇਂ ਦੇ ਅੰਦਰ ਜਿਹੜੇ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਲੋ ਤੋ ਇਹ ਜੋ ਤਾਰੇ ਛਪੇ ਅੰਧੇਰ ਜਿਹੜਾ ਖਤਮ ਹੋ ਗਿਆ ਉਸ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਨੇ ਜੋ ਪ੍ਰੋਗਰਾਮ ਬੜਾਇਆ ਬਾਬੇ ਦੇਖੇ ਧਾਨ ਘਾ ਧਰ ਜਲਤੀ ਸਭ ਪ੍ਰithvi दिस ਆਈ ਬਾਜ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ਤੋ ਬਾਬਾ ਨਾਨਕ ਨੇ ਜੋ ਉਸ ਵਕਤ ਇਸ ਸਿਚੁਏਸ਼ਨ ਨੂੰ ਦੇਖ ਕਰਕੇ ਜੋ ਡਿਸਾਈਡ ਕੀਤਾ ਉਹ ਸਿਕਾ ਕਿ ਦੁਨੀਆ ਨੂੰ ਇਸ ਵਾਸਤੇ ਜਾਗਰੂਕ ਕੀਤਾ ਜਾਏ ਉਹਨਾਂ ਦੇ ਅੰਦਰ ਧ੍ਰਿੜਤਾ ਪੈਦਾ ਕੀਤੀ ਜਾਏ ਤਾਂ ਕਿ ਉਹ ਇਸ ਜ਼ੁਲਮ ਦਾ ਮੁਕਾਬਲਾ ਜਿਹੜਾ ਹੈ ਉਹ ਕਰ ਸਕਾ ਤੋ ਇਸ ਵਾਸਤੇ ਗੁਰਨਾਨਕ ਪਾਸ਼ਾ ਜਿਹੜੇ ਕਿ ਉਹਨਾਂ ਦੇ ਅੰਦਰ ਜਿਵੇਂ ਅਸੀਂ ਕਹਿੰਦੇ ਆ ਸਪਿਰਚੁਅਲਿਟੀ ਜਿਹੜੀ ਹੈ ਉਹ ਗੁਰਨਾਨਕ ਪਾਸ਼ਾ ਉਹਦੇ ਆਲਮ ਬਰਦਾਰ ਸਨ ਤੇ ਧਰਮ ਰਾਜਨੀਤੀ ਦੇ ਵੀ ਉਹ ਸੱਚੇ ਪ੍ਰਚਾਰਕ ਸਨ ਕਿ ਉਹਨਾਂ ਦੇ ਅੰਦਰ ਰਾਜਨੀਤੀ ਦੀ ਸੂਝ ਤੇ ਧਰਮ ਦੀ ਵੀ ਪੱਕੀ ਉਹਨੀ ਸੂਝ ਸੀ ਜਿਸ ਪਾਸੇ ਜਿਸ ਪਾਸੇ ਜੋ ਕਲ ਸਹਾਰ ਪਾਟ ਹੈ ਉਹਨਾਂ ਨੇ ਵੀ ਕਿਹਾ ਕਬ ਕਲ ਸੋ ਜਸ ਗਾਓ ਗੁਰੂ ਨਾਨਕ ਰਾਜ ਜੋਗ ਜਿਨ ਮੰਨਿਆ ਤੋਂ ਧਰਮ ਔਰ ਰਾਜਨੀਤੀ ਦੋਨੋਂ ਹੀ ਗੁਰੂ ਨਾਨਕ ਪਾਸ਼ਾ ਦੇ ਜਿਹੜੇ ਉਹ ਦੋਨੋਂ ਪਾਸੇ ਉਹਦੇ ਗਿਆਤਾ ਸਨ ਤੇ ਉਹਨਾਂ ਨੇ ਇਸ ਦੋਨੋਂ ਹਥਿਆਰਾਂ ਨੂੰ ਲੈ ਕਰਕੇ ਲੁਕਾਈ ਨੂੰ ਚੜਿਆ ਸੋਧਨ ਧਰਤ ਤੋ ਲੁਕਾਈ ਔਰ ਧਰਤੀ ਨੂੰ ਵੀ ਸਾਰੀ ਧਰਤੀ ਤੇ ਉਪਰ ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਸ਼ਾ ਗਏ ਹਨ ਅਲੱਗ-ਅਲੱਗ ਅੰਦਾਜ਼ੇ ਹਨ ਲੇਕਿਨ ਤਕਰੀਬਨ 35000 ਕਿਲੋਮੀਟਰ ਤੱਕ ਦਾ ਸਫਰ ਧੰ ਗੁਰੂ ਨਾਨਕ ਪਾਸ਼ਾ ਨੇ ਆਪਣੇ ਜੀਵਨ ਕਾਲ ਦੇ ਅੰਦਰ ਕੀਤਾ ਤੇ 3.5 ਕਰੋੜ ਲੋਕਾਂ ਨੂੰ ਆਪਣੇ ਇਸ ਜੋ ਧਰਮ ਔਰ ਰਾਜਨੀਤੀ ਦਾ ਗਿਆਨ ਬਖਸ਼ਿਸ਼ ਕੀਤਾ ਤੇ ਉਹਨਾਂ ਦੀ ਤਿਆਰੀ ਕਰਾਏ ਵੀ ਅਸੀਂ ਜਿਹੜੀ ਹੈ ਕਿਸੇ ਤਰੀਕੇ ਨਾਲ ਵੀ ਇਸ ਜ਼ੁਲਮ ਨੂੰ ਸਹਿਣਾ ਨਹੀਂ ਹੈ ਉਹਦਾ ਸਭ ਤੋਂ ਪਹਿਲਾ ਜਿਹੜਾ ਸਾਡੇ ਸਾਹਮਣੇ ਨਜ਼ਾਰਾ ਆਉਂਦਾ ਗੁਰੂ ਨਾਨਕ ਪਾਸ਼ਾ ਦੀ ਇਸ ਧਰਮ ਔਰ ਰਾਜਨੀਤੀ ਦਾ ਕਿ ਧਰਮ ਦੇ ਉੱਪਰ ਦ੍ਰਿੜ ਖੜੇ ਹੋ ਕਰਕੇ ਇਸ ਵੇਲੇ ਬਾਬੇ ਬਾਬਰ ਨੇ ਸੈਦਪੁਰ ਦੇ ਅੰਦਰ ਹਮਲਾ ਕੀਤਾ ਤਾਂ ਉਸ ਵੇਲੇ ਤਾਂ ਗੁਰੂ ਨਾਨਕ ਪਾਸ਼ਾ ਉੱਥੇ ਉਸ ਸੈਦਪੁਰ ਦੇ ਵਿੱਚ ਮੌਜੂਦ ਸਨ ਉਹ ਆਈਵਿਟ ਨੇ ਸਨ ਕਿ ਜੋ ਉੱਥੇ ਹੋ ਰਿਹਾ ਸੀਗਾ ਜਿਵੇਂ ਔਰਤਾਂ ਦੀ ਬੇਪਤੀ ਹੋ ਰਹੀ ਸੀਗੀ ਉਹਨਾਂ ਨੂੰ ਵਾਲਾ ਤੋਂ ਪਕੜ ਕੇ ਔਰ ਉਹਨਾਂ ਜਿਹੜੇ ਪ੍ਰਿੰਸਾਂ ਉਹਨਾਂ ਨੂੰ ਫੜ ਕੇ ਗਲੀਆਂ ਦੇ ਵਿੱਚ ਧੂਵਾ ਜਾ ਰਿਆ ਸੀਗਾ ਤੇ ਹਾਰ ਸ਼ਿੰਗਾਰ ਦਾ ਬੁਰਾ ਹਾਲ ਸੀ ਔਰਤਾਂ ਦੀ ਬੇਪਤੀ ਹੋ ਰਹੀ ਸੀ ਤੋ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕਰਕੇ ਤੇ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਸਾਹਮਣੇ ਦਲੇਰੀ ਨਾਲ ਬਾਬਰ ਨੂੰ ਕਿਹਾ ਬਾਬਰ ਤੂੰ ਜਾਬਰ ਹੈ ਪਾਪ ਕੀ ਜਾਂਜਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇ ਲਵੋ ਤੇ ਤੂੰ ਜ਼ਬਰਦਸਤੀ ਇੱਥੇ ਆ ਕਰਕੇ ਜੋ ਦਾਨ ਮੰਗ ਰਿਹਾ ਹੈ ਜੋ ਲੁੱਟ ਖਸੁੱਟ ਕਰ ਰਿਹਾ ਹੈ ਤੋ ਬਾਬਰ ਨੂੰ ਜਾਬਰ ਕਹਿਣਾ ਇਹ ਪਹਿਲੀ ਇੱਕ ਦਲੇਰੀ ਸੀਗੀ ਜਿਹਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੀ ਜੋ ਰਾਜਨੀਤਿਕ ਜਿਹੜੀ ਹੈ ਸੋਚ ਜਿਹੜੀ ਹੈ ਉਹ ਸਾਹਮਣੇ ਸਾਡੀ ਆਉਂਦੀ ਹੈ। ਤੋਂ ਇਸ ਤੋਂ ਬਾਅਦ ਅਸੀਂ ਗੁਰੂ ਅਮਰ ਗੁਰੂ ਅੰਗਦ ਦੇਵ ਮਹਾਰਾਜ ਦੀ ਗੱਲ ਕਰਦੇ ਹਾਂ ਕਿ ਜਿਵੇਂ ਹਮਾਇਓ ਆਇਆ ਤਾਂ ਉਸ ਵਕਤ ਵੀ ਉਹਨਾਂ ਨੇ ਉਸ ਦਾ ਕੋਈ ਰੋਪ ਜਿਹੜਾ ਹੈ ਉਸ ਨੂੰ ਗ੍ਰੈਂਡ ਨਹੀਂ ਕੀਤਾ ਸਗੋਂ ਆਪਣੇ ਬੱਚਿਆਂ ਦੀ ਪੜ੍ਹਾਈ ਔਰ ਉਹਨਾਂ ਦੇ ਪਸੇ ਹੀ ਧਿਆਨ ਦਿੱਤਾ। ਤੇ ਜਿਸ ਵੇਲੇ ਤਲਵਾਰ ਚੁੱਕਣ ਲਗਾ ਤੇ ਉਹਨਾਂ ਨੇ ਕਿਹਾ ਵੀ ਤੇਰੀ ਤਲਵਾਰ ਉਸ ਵੇਲੇ ਕਦੋਂ ਸੀ ਕੱਥੇ ਗਈ ਸੀ ਜਦੋਂ ਸ਼ੇਰ ਸਾਹ ਸੂਰੀ ਨੇ ਹਮਲਾ ਕੀਤਾ ਸੀ ਤੇ ਹੁਣ ਤੂੰ ਜਿਹੜੇ ਧਾਰਮਿਕ ਬੰਦਿਆਂ ਨੂੰ ਉਹਨਾਂ ਦੇ ਉੱਪਰ ਤੂੰ ਆਪਣੀ ਤਲਵਾਰ ਚੁੱਕ ਰਿਹਾ ਗੁਰ ਅਮਰਦਾਸ ਪਾਸ਼ਾ ਗੁਰ ਰਾਮਦਾਸ ਪਾਸ਼ਾ ਇਹਨਾਂ ਸਾਰਿਆਂ ਨੇ ਅਕਬਰ ਬਾਦਸ਼ਾਹ ਦੇ ਸਾਹਮਣੇ ਜਾ ਕਰਕੇ ਗੁਰਮਤ ਦਾ ਦ੍ਰਿੜਤਾ ਦੇ ਨਾਲ ਜਿਹੜਾ ਹੈ ਉਹ ਪਖ ਰੱਖਿਆ ਔਰ ਚੌਥੇ ਪਾਸ਼ਾ ਜੀ ਨੇ ਜਿਸ ਵੇਲੇ ਤੀਸਰੇ ਪਾਸ਼ਾ ਦੀ ਗੁਰ ਅਕਬਰ ਵੀ ਆਇਆ ਉਹਦੇ ਦਰਬਾਰ ਵਿੱਚ ਗੋਵਿੰਦ왈 ਸਾਹਿਬ ਤੇ ਉਥੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਜਿਵੇਂ ਅੱਜ ਕੱਲ ਦਾ ਰਵਾਜ ਹੈ ਕਿ ਗੁਰਦੁਆਰੇ ਦੇ ਅੰਦਰ ਕੋਈ ਛੋਟਾ ਐਮਐਲਏ ਜਾਂ ਕਾਉਂਸਲਰ ਵੀ ਆ ਜਾਏ ਤੇ ਪ੍ਰਬੰਧਕ ਜਿਹੜੇ ਹਨ ਉਹ ਗੁਰਗ੍ਰੰਥ ਸਾਹਿਬ ਉੱਲ ਟਿਸ਼ਟ ਕਰਕੇ ਤੇ ਭਜਦੇ ਹਨ ਉਹਦੇ ਵੱਲ ਹੁਣ ਇਹ ਇਨਸੀਡੈਂਟ ਇੱਕ ਪ੍ਰਚਾਰ ਸਾਹਿਬ ਤੋਂ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਕੀਰਤਨ ਕਰ ਰੋਏ ਰਾਗੀਆਂ ਦੇ ਪਿਛਲੇ ਪਾਸੇ ਜਿਹੜੇ ਉਹਨੂੰ ਬੈਟਰੀ ਆਫ ਜਿਹੜੇ ਟੀਵੀ ਵਾਲੇ ਸਨ ਉਹ ਮਤਲਬ ਆਲਮੋਸਟ ਰਾਗੀਆਂ ਦੇ ਉੱਤੇ ਚੜ ਗਏ ਤੇ ਦੌਰ ਆ ਗਏ ਨੇ ਤਪਲੇ ਵਾਲੇ ਨੇ ਤੇ ਬਾਜੀ ਆਲੇ ਨੇ ਉਹਨੂੰ ਪਿੱਛੇ ਧੱਕਿਆ ਤੇ ਫਿਰ ਸਿੰਘ ਆ ਕਰਕੇ ਪਿੱਛੇ ਖੜੇ ਹੋਏ ਤਾਂ ਉਹਨਾਂ ਨੇ ਅਗੇ ਕੀਰਤਨ ਕੀਤਾ ਤੋਂ ਇਹ ਇੱਕ ਮਨੋਭ੍ਰਿਤੀ ਜਿਹੜੀ ਹੈ ਉਹ ਉਸ ਵੇਲੇ ਵੀ ਸੀਗੀ ਲੇਕਿਨ ਗੁਰਨਾਨਕ ਬਾਸ਼ਾ ਨੇ ਔਰ ਫਿਰ ਸਿੱਖ ਗੁਰੂਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਰਦਾਸ ਮਹਾਰਾਜ ਨੇ ਜਿਸ ਵੇਲੇ ਅਕਬਰ ਆਇਆ ਗੋਵਿੰਦ왈 ਸਾਹਿਬ ਤੇ ਉਹਨੂੰ ਇੱਕ ਤਾਕੀਦ ਕੀਤੀ ਕਿ ਜੋ ਸਾਡਾ ਸਿਸਟਮ ਹੈ ਉਹਦੇ ਕੋਲ ਇਹ ਨਹੀਂ ਕਿ ਭੱਜ ਕੇ ਬਾਹਰ ਚਲੇ ਗਏ ਤੁਹਾਨੂੰ ਰਿਸੀਵ ਕਰਨ ਚਲੇ ਗਏ ਉਹਨੂੰ ਪਹਿਲਾਂ ਹੀ ਵਾਹਿਦ ਕਰ ਦਿੱਤਾ ਗਿਆ ਕਿ ਤੁਸੀਂ ਅਗਰ ਇਸ ਗੁਰੂ ਘਰ ਦੇ ਵਿੱਚ ਆਉਣਾ ਯੂ ਆਰ ਮੋਸਟ ਵੈਲਕਮ ਲੇਕਿਨ ਇੱਥੇ ਦਾ ਜੋ ਸਿਸਟਮ ਹੈ ਉਹਨੂੰ ਫਾਲੋ ਕਰਨਾ ਪਏਗਾ ਕਿ ਪਹਿਲੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਕਿ ਪਹਿਲੇ ਜੋ ਗੁਰੂ ਘਰ ਦਾ ਲੰਗਰ ਹੈ ਇਹਦੇ ਵਿੱਚ ਤੁਹਾਨੂੰ ਬੈਠਣਾ ਪਏਗਾ ਬਰਾਬਰੀ ਦੇ ਜਿਹੜਾ ਸਿਸਟਮ ਹੈ ਉਸ ਤੋਂ ਬਾਅਦ ਤੁਸੀਂ ਆ ਕਰਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਉਹ ਹਯਾ ਵੀ ਇਸ ਤੈ ਤੁਸੀਂ ਉਹ ਪੰਜੇ ਬਾਸ਼ਾ ਨੇ ਸਮੇਂਦਰ ਜਾਗੀਰ ਜਾਗੀਰ ਦਾ ਕਿਵੇਂ ਉਹਨਾਂ ਨੇ ਜ਼ੁਲਮ ਦਾ ਮੁਕਾਬਲਾ ਕੀਤਾ ਆਪਣੀ ਸ਼ਹਾਦਤ ਦੇ ਦਿੱਤੀ ਲੇਕਿਨ ਇਹਨ ਨਹੀਂ ਮੰਨੀ ਤੇ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਮੇਰੀ ਔਰ ਪੀਰੀ ਦੀ ਸਾਡੇ ਸਾਹਮਣੇ ਸਪਸ਼ਟ ਜਿਹੜੀ ਹੈ ਉਹ ਰਾਜਨੀਤੀ ਔਰ ਧਰਮ ਦੀ ਜਿਹੜੀ ਗੱਲ ਪ੍ਰਗਟ ਹੋ ਕੇ ਆਂਦੀ ਹੈ ਕਿ ਧਰਮ ਕਦੇ ਵੀ ਰਾਜਨੀਤੀ ਦੇ ਅੰਦਰ ਨਹੀਂ ਹੋਏਗਾ ਤੇ ਜਿਹੜੀ ਰਾਜਸੱਤਾ ਹੋਏਗੀ ਉਹ ਉਸ ਦਾ ਮੁਕਾਬਲਾ ਡਟ ਕੇ ਕੀਤਾ ਜਾਏਗਾ ਅਗਰ ਜ਼ੁਲਮ ਹੁੰਦਾ ਹੈ ਤੇ ਭਾਵੇਂ ਉਸ ਵਾਸਤੇ ਸ਼ਹਾਦਤ ਵੀ ਕਿਉਂ ਨਾ ਦੇਣੀ ਪਵੇ ਤੇ ਉਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਤੇ ਫਿਰ ਛੇਵੇਂ ਪਾਤਸ਼ਾਹ ਨੂੰ ਕਹਿ ਗਏ ਕਿ ਹੁਣ ਸਮਾਂ ਆ ਗਿਆ ਹੈ ਕਿ ਹੁਣ ਜਿਹੜਾ ਜ਼ੁਲਮ ਦਾ ਜਿਹੜਾ ਹੈ ਉਹ ਮੁਕਾਬਲਾ ਕਰਨਾ ਪਏਗਾ ਕਿਉਂਕਿ ਸਬਰ ਜਿਹੜਾ ਹੈ ਉਹ ਆਪਣੀ ਜਿਹੜੀ ਚਰਮ ਸੀਮਾ ਤੇ ਪਹੁੰਚ ਗਿਆ ਹੈ ਤੇ ਇਹਨਾਂ ਨੂੰ ਜਿਵੇਂ ਕਹਿੰਦੇ ਨੇ ਕਿ ਵੈਰੀ ਵੈਰੀ ਹੋਣ ਨਾ ਮੇ ਤੇ ਬਾਜ ਕਰਾਰੇ ਹੱਥਾ ਦੇ ਤੋਂ ਨਾਰੇ ਹੱਥ ਦਿਖਾਣੇ ਪੈਣਗੇ ਤੇ ਉਹਨਾਂ ਨੇ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਜਿਹੜੀ ਗੁਰਤਾਪਕ ਦੀ ਬਖਸ਼ੀ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਲਾਹੌਰ ਜਾਣ ਤੋਂ ਪਹਿਲੇ ਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਵੀ ਇਹਦੀ ਜਹਾਂਗੀਰ ਦੀ ਇਨ ਨਹੀਂ ਮੰਨੀ ਸਗੋਂ ਆਪਣਾ ਭਾਵੇਂ ਉਹਨਾਂ ਨੂੰ ਕੈਦ ਵੀ ਹੋਣਾ ਪਿਆ ਲੇਕਿਨ ਆਪਣੇ ਉਸੂਲਾਂ ਤੇ ਉਹ ਦ੍ਰਿੜ ਰਹਿ ਤੇ ਜੇ ਉਸ ਤੋਂ ਜਿਹੜੀ ਸ਼ਾਹਜਹਾਂ ਨੇ ਵੀ ਜੰਗਾਂ ਕੀਤੀਆਂ ਚਾਰ ਤੇ ਉਹਨਾਂ ਨੂੰ ਵੀ ਇੱਕ ਐਸਾ ਕਰਣਾ ਜਵਾਬ ਦਿੱਤਾ ਉਹਨਾਂ ਨੇ ਕਿ ਬਾਜ ਜਿਹੜਾ ਹੈ ਹਮਨੇ ਹੀ ਇਨਕੋ ਦੇਣਾ ਬਾਜ ਤਾਜ ਸਭ ਇਨ ਤੇ ਲੈਣਾ ਸ਼ਾਹ ਜਹਾਂ ਦਾ ਬਾਝੀ ਵਾਪਸ ਨਹੀਂ ਕਰਨਾ ਤੇ ਇਹਦੇ ਕੋਲੋਂ ਬਾਜ ਦੇ ਤਾਜ ਜਿਹੜਾ ਹੈ ਉਹ ਸੀ ਖੋਣਾ ਹੈਗਾ। ਤੋਂ ਇਹ ਇੱਕ ਜ਼ਹਿਨੀਅਤ ਸੀ ਚੜ੍ਹਦੀ ਕਲਾ ਵਾਲੀ ਗੱਲ ਸੀਗੀ ਕਿ ਜਿਹੜੀ ਗੁਰੂ ਸਾਹਿਬ ਨੇ ਆਪਣੇ ਸਮੇਂ ਦੇ ਅੰਦਰ ਸਾਨੂੰ ਸਿਖਾਈ ਹੈ ਜਿਹਦਾ ਬੜਾ ਵੱਡਾ ਰੋਲ ਹੈਗਾ ਸਿੱਖ ਰਾਜ ਦੇ ਬਣਨ ਦੇ ਵਿੱਚ। ਤੋਂ ਛੇਵੇਂ ਪਾਸ਼ਾ ਨੇ ਚਾਰ ਜੰਗਾਂ ਜਿੱਤੀਆਂ ਲੜਾਈਆਂ ਕੀਤੀਆਂ ਉਹਨਾਂ ਨੇ ਉਸ ਤੋਂ ਬਾਅਦ 2200 ਘੋੜਸਵਾਰ ਤੇ ਦੇਖੋ ਛੇਵੇਂ ਪਾਸ਼ਾ ਨੇ ਕਿ ਮੇ ਰਾਇਲਟੀ ਦੇ ਰਾਇਲ ਰਾਇਲ ਜਿਹੜਾ ਸਿਸਟਮ ਸੀ ਬਾਦਸ਼ਾਹੀ ਦਾ ਤਖਤ ਲਗਾ ਕੇ ਬੈਠਣਾ ਹਾਲਾਂਕਿ ਹੁਕਮ ਜਾਰੀ ਹੋ ਗਿਆ ਸੀ ਕਿ ਕੋਈ ਵੀ ਤਖਤ ਲਗਾ ਕੇ ਨਹੀਂ ਬੈਠ ਸਕਦਾ ਲੇਕਿਨ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਅਕਾਲ ਤਖਤ ਸਾਹਿਬ ਦਾ ਉਸ ਵੇਲੇ ਉੱਚਾ ਥੜਾ ਬਣਾ ਕਰਕੇ ਤੇ ਉੱਥੇ ਆ ਬਿਰਾਜਮਾਨ ਹੁੰਦੇ ਸੀਗੇ ਰਾਇਲ ਰੋਬਸ ਉਹਨਾਂ ਨੇ ਤਾਲਣ ਕੀਤੇ ਔਰ ਕਲਗੀ ਲਗਾਣੀ ਸ਼ੁਰੂ ਕੀਤੀ ਔਰ ਫਿਰ ਤਲਵਾਰਾਂ ਦੋ ਪਾਈਆਂ ਇੱਕ ਥਾਂ ਦੋ ਪਾਈਆਂ ਔਰ ਫਿਰ ਇਹ ਕਹਿਆ ਵੀ ਮੈਂ ਜਿਵੇਂ ਫੌਜੀ ਜਿਵੇਂ ਫੌਜਾ ਆਪਣੇ ਕੋ ਰੱਖਦੇ ਨੇ ਬਾਦਸ਼ਾਹ ਉਹਨਾਂ ਕਹਿਆ ਵੀ ਚੰਗੀ نسل ਦੇ ਘੋੜੇ ਲਿਆਓ ਤੁਰਕੀ نسل ਦੇ ਘੋੜੇ ਲਿਆ ਲਿਆਦੇ ਗਏ ਫਿਰ ਹੁਕਮਨਾਮਾ ਜਾਰੀ ਕੀਤਾ ਗੁਰ ਅਰਵਿੰਦ ਪਾਸ਼ਾ ਨੇ ਕਿ ਭਾਈ ਤੁਸੀਂ ਹੁਣ ਜਾ ਕੇ ਤੇ ਨੌਜਵਾਨ ਜਿਹੜੇ ਨੇ ਮੈਨੂੰ ਜਵਾਨੀ ਚਾਹੀਦੀ ਹੈ ਜਿਹੜੀਆਂ ਪੁਰਾਣੀਆਂ ਟ੍ਰੈਡੀਸ਼ਨਲ ਚੀਜ਼ਾਂ ਤੁਸੀਂ ਪੇਟ ਕਰਦੇ ਸੋ ਉਸ ਜਗ੍ਹਾ ਤੇ ਚੰਗੇ ਹਥਿਆਰ ਔਰ ਚੰਗੇ ਘੋੜੇ ਤੇ ਚੰਗੇ ਨੌਜਵਾਨ ਜਿਹੜੇ ਹਨ ਉਹ ਮੈਨੂੰ ਤੁਸੀਂ ਭੇਟਾ ਵਜੋਂ ਦਿਓ ਉਹ ਆ ਵੀ ਇਸ ਤਰ੍ਹਾਂ ਹੀ ਤੇ ਉਹ ਸ਼ਕਤੀ ਜਿਹੜੀ ਬਣੀ ਤੇ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਹਮੇਸ਼ਾ 2200 ਘੋੜ ਸਵਾਰ ਜਿਹੜੇ ਹਨ ਹਥਿਆਰਬੰਦ ਹਥਿਆਰ ਰੱਖ ਕੇ ਰਹਿੰਦੇ ਸਨ ਔਰ ਉਹ ਵੀ ਫਿਰ ਗੁਰੂ ਹਰਗ੍ਰਹਵਰ ਸਾਹਿਬ ਜੀ ਦੇ ਕੋਲ ਵੀ ਗੁਰੂ ਹਰਕ੍ਰਿਸ਼ਨ ਪਾਸ਼ਾ ਦੇ ਕੋਲ ਵੀ ਔਰ ਗੁਰਦੇਵਾਲ ਸਾਹਿਬ ਦੇ ਵੀ ਨਾਲ ਰਹਿੰਦੇ ਸਨ ਔਰ ਔਰੰਗਜ਼ੇਬ ਨੇ ਆਪਣੀ ਟਿੱਲ ਲਗਾ ਲਈ ਤੇ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਟੈਰਰਾਈਜ਼ ਕਰਨ ਵਾਸਤੇ ਕਿ ਉਹ ਆਪਣੇ ਧਰਮ ਛੋਟੇਕ ਜਾਣ ਉਹਨਾਂ ਦੇ ਸਾਹਮਣੇ ਉਹਨਾਂ ਦੇ ਪਿਆਰੇ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਦੇਹਲਾ ਜੀ ਉਹਨਾਂ ਨੂੰ ਬੜੇ ਕਸ਼ਟ ਦਿੱਤੇ ਗਏ ਦੇਖੋ ਸਤਸੰਗ ਜੀ ਇਹ ਕਹਿਣਾ ਬੜਾ ਆਸਾਨ ਹੈ ਕਿ ਦੇਗ ਵਿੱਚ ਉਬਲ ਜਾਣਾ ਭਾਈ ਦੇਹਲਾ ਜੀ ਤਾਂ ਭਾਈ ਦੇਹਲਾ ਜੀ ਇਹ ਬੜਾ ਆਸਾਨ ਹੈ ਕਹਿਣਾ ਕਿ ਆਰੇ ਨਾਲ ਸਿਰ ਚ ਚੀਰਿਆ ਗਿਆ ਭਾਈ ਆਪਣਾ ਮਤੀਦਾਸ ਜੀ ਦਾ ਫਿਰ ਭਾਈ ਸਤੀਦਾਸ ਨੂੰ ਰੂਹ ਚ ਲਪੇਟ ਕੇ ਸਾਢੇ 1 ਸਤਸੰਗ ਜੀ 1984 ਦੇ ਅੰਦਰ ਹਿਸਟਰੀ ਹੈਜ਼ ਰਿਪੀਟਡ ਕਿ ਜੋ ਸਦੀ ਦਾਸ ਜੀ ਦੇ ਨਾਲ ਹੋਇਆ ਕਈਆਂ ਨੂੰ ਟਾਇਰ ਗਲੇ ਚ ਫਾ ਕਰਕੇ ਤੇ ਉਹਨਾਂ ਦੀ ਸ਼ਹਾਦਤ ਜਿਹੜੀ ਉਹ ਕੀਤੀ ਗਈ ਲੇਕਿਨ ਇਹ ਪੂਰਨੇ ਸਿੱਖਾਂ ਨੇ ਪਾਏ ਨੇ ਪਰ ਹਰ ਕਿਸੇ ਨੇ ਇਹ ਗੱਲ ਕਹੀ ਜਿਸ ਵੇਲੇ ਦੇ ਗਵਾਲਣ ਲਗੇ ਤੇ ਕਿਆ ਵੀ ਮੇਰਾ ਮੂੰਹ ਗੁਰੂ ਦੇ ਪਿੰਜਰੇ ਵੱਲ ਹੋਵੇ ਗੁਰਦੇਵ ਸਾਹਿਬ ਉਹਨੂੰ ਪਿੰਜਰੇ ਚ ਰੱਖਿਆ ਸੀ ਜਿੱਥੇ ਉਹ ਨਾ ਹਿਲ ਸਕਦੇ ਸਨ ਨਾ ਜੁੜ ਸਕਦੇ ਸਨ ਤੋ ਇਹ ਚੀਜ਼ਾਂ ਜਿਹੜੀਆਂ ਹਨ ਫਿਰ ਉਸ ਤੋਂ ਬਾਅਦ ਭਾਈ ਮਤੀ ਦਾਸ ਨੂੰ ਵੀ ਕਹ ਕਿ ਜਿਸ ਵੇਲੇ ਆਰੇ ਦੇ ਵਿੱਚ ਦੋ ਲੱਕੜਾਂ ਦੇ ਵਿੱਚ ਉਹਨਾਂ ਨੂੰ ਬੰਨਿਆ ਗਿਆ ਤੇ ਅਰ ਜਲਾਂਣ ਲੱਗੇ ਤਾਂ ਉਹਨਾਂ ਨੇ ਵੀ ਕਹਿ ਲਏ ਕਿ ਮੇਰਾ ਮੂੰਹ ਜਿਹੜਾ ਹੈ ਗੁਰੂ ਦੇ ਪਿੰਜਰੇ ਵਾਰ ਹੋਣਾ ਚਾਹੀਦਾ ਹੈ। ਤੋਂ ਇਸ ਤਰ੍ਹਾਂ ਹੀ ਭਾਈ ਸਤੀਦਾਸ ਨੇ ਵੀ ਗੁਰੂ ਦੇਵਾਲ ਮੂੰਹ ਕਰਕੇ ਹੀ ਗੁਰੂ ਤੋਂ ਬੇਮੁਖ ਨਹੀਂ ਹੋਏ ਤੇ ਆਪਣੀ ਜਿਹੜੀ ਸ਼ਹਾਦਤ ਦਿੱਤੀ। ਤੋਂ ਇਹਨਾਂ ਸ਼ਹਾਦਤਾਂ ਦੇ ਬਾਅਦ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਪਾਈ ਜਾਤਾ ਜੀ ਲੈ ਕਰਕੇ ਗਏ ਹਨ ਦਿੱਲੀ ਤੋਂ ਉੱਥੇ ਉਹਨਾਂ ਨੇ ਜਦੋਂ ਇਹ ਰਿਸੀਵ ਕੀਤਾ ਸੀਸ ਮਾਤਾ ਗੁਜਰਕੌਰ ਜੀ ਨੇ ਵੀ ਔਰ ਮਾਤਾ ਨਾਨਕੀ ਜੀ ਵੀ ਉੱਥੇ ਸਨ ਤੇ ਉੱਥੇ ਜੋ ਬੋਲ ਉਹਨਾਂ ਨੇ ਕਹੇ ਨੇ ਮਾਤਾ ਜੀ ਨੇ ਉਹ ਵੀ ਬੜੇ ਮੁਬਾਰਕ ਹਨ ਤੇ ਗੁਰਦੇਵ ਸਾਹਿਬ ਦਾ ਸੀਸ ਦੇਖ ਕੇ ਕਹਿੰਦੇ ਹਨ ਕਿ ਤੁਹਾਡੇ ਤੇ ਨਿਭ ਗਈ ਤੇ ਮੇਰੀ ਵੀ ਨਿਭ ਜਾਏ ਇਹ ਕਾਲਪੁਰਖ ਅੱਗੇ ਬੇਨਤੀ ਕੀਤੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸਾਰੇ ਜਿਹੜੀ ਚੀਜ਼ ਹੋਈ ਗੁਰੂ ਨਾਨਕ ਪਾਸ਼ਾ ਦੀ ਜਦੋਂ ਜੈਤੂ ਲਾ ਕੇ ਕਰਕੇ ਗੁਰੂ ਅਰਜਨ ਅਰਜਨ ਦੇ ਪਾਸ਼ਾ ਦੀ ਗੁਰੂ ਹਰਗੋਬਿੰਦ ਪਾਸ਼ਾ ਦੀ ਗੁਰਦੇਵ ਸਾਹਿਬ ਦੀ ਇਹ ਜਦੋਂ ਜੈਦ ਦੇ ਉੱਪਰ ਜਿਸ ਤਰ੍ਹਾਂ ਦੇਖਿਆ ਤੇ ਉਹਨਾਂ ਨੇ ਕਿਹਾ ਵੀ ਹੁਣ ਐਸਾ ਮੌਕਾ ਆ ਗਿਆ ਕਿ ਹੁਣ ਇਸ ਵਾਸਤੇ ਆਰਮਡ ਸਟਰਗਲ ਕਰਨ ਦੀ ਲੋੜ ਹੈ ਕਿ ਇਹ ਜ਼ੁਲਮ ਜਿਹੜਾ ਹੈ ਉਹ ਆਪਣੀ ਸੀਮਾ ਨੂੰ ਪਾਰ ਕਰ ਚੁੱਕਿਆ ਹੈ ਤੋ ਇਸ ਕਰਕੇ ਜ਼ਰੂਰ ਜ਼ਰੂਰਤ ਹੈ ਕਿ ਅਸੀਂ ਇਸ ਨੂੰ ਥੰਨ ਪਾਈਏ ਤੇ ਉਸ ਵਾਸਤੇ ਉਹਨਾਂ ਨੇ ਜਿਹੜੀ ਕੌਮ ਦੀ ਖਾਲਸਾ ਪੰਥ ਦੀ ਸ਼ੁਰੂਆਤ ਕੀਤੀ ਉਸ ਵਾਸਤੇ ਮੈਂ ਜ਼ਿਆਦਾ ਇਨਸੀਡੈਂਟ ਆਪ ਦੇ ਨਾਲ ਡਿਟੇਲ ਵੀ ਡਿਸਕਸ ਨਹੀਂ ਕਰਾਂਗਾ ਕਿਉਂਕਿ ਸਮਾਂ ਜਿਹੜਾ ਸੀਮਤ ਹੁੰਦਾ ਹੈ ਪਰ ਆਪ ਸਾਰਿਆਂ ਨੇ ਸੁਣਿਆ ਹੋਇਆ ਹੈ ਕਿ ਕਿਵੇਂ ਸ੍ਰੀ ਕੇਸਗਨ ਸਾਹਿਬ ਦੇ ਉੱਪਰ ਪੰਜ ਪਿਆਰਿਆਂ ਤੋਂ ਕੁਰਬਾਨੀ ਮੰਗੀ ਗਈ ਦੇਖੋ ਜਿਹੜਾ ਬੰਦਾ ਆਪਣਾ ਸੀਸ ਦੇਣ ਵਾਸਤੇ ਤਿਆਰ ਹੋ ਜਾਂਦਾ ਉਸ ਤੋਂ ਵੱਡੀ ਕੀ ਹੁੰਦੀ ਹੈ ਆਪਣੇ ਆਪ ਨੂੰ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਂਦਾ ਉਹੋ ਜਿਹੇ ਮਰਜੀਵੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਾਹੀਦੇ ਸਨ ਕਿ ਜਿਹੜੇ ਇਸ ਜ਼ੁਲਮ ਦਾ ਮੁਕਾਬਲਾ ਜਿਹੜਾ ਹੈ ਉਹ ਤਲਵਾਰ ਦੇ ਨਾਲ ਕਰ ਸਕਣ ਤੇ ਉਹ ਤਲਵਾਰ ਜਿਹੜੀ ਹੈ ਬੜੇ ਅੱਛੇ ਰਾਈਟਰਾਂ ਨੇ ਲਿਖਿਆ ਹੈ ਕਿ ਜਿਹੜੀ ਤਲਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਲਾਈ ਸੀ ਉਹਦੀ ਫਲਾਤ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਹੀ ਟਾਲ ਕੇ ਦੇ ਗਏ ਸਨ। ਭਾਵ ਕਹਿੰਦਾ ਇਹ ਹੈ ਕਹਿੰਦਾ ਇੱਕ ਤਰੀਕਾ ਹੈ ਕਿ ਜਿਸ ਜਿਸ ਦਲੇਰੀ ਦੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹੈ ਉਸ ਦਲੇਰੀ ਦੇ ਆਰੰਭਤਾ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਮੇਂ ਦੇ ਅੰਦਰ ਉਹ ਕਰ ਗਏ ਸਨ ਜਿਹਦਾ ਇਨ ਬਰੀਫ ਮੈਂ ਆਪ ਜੀ ਦੇ ਨਾਲ ਰੈਫਰੈਂਸ ਦਿੱਤਾ ਹੈ। ਤੋਂ ਪੰਜ ਪਿਆਰੇ ਜਿਹੜੇ ਹੋ ਗਏ ਇੱਥੇ ਦੋ ਗੱਲਾਂ ਸਮਝਣ ਵਾਲੀਆਂ ਹਨ ਇੱਕ ਤੇ ਉਹਨਾਂ ਦੀ ਕੁਰਬਾਨੀ ਦਾ ਜਜ਼ਬਾ ਇੰਨੀ ਤਿਆਰੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਪੁਰ ਗੁਰਨਾਣਕ ਪਾਸ਼ਾ ਤੋਂ ਲੱਗ ਕਰਕੇ 6ਵੇਂ ਪਾਸ਼ਾ ਫਿਰ 9 ਫਿਰ 10ਵੇਂ ਪਾਸ਼ਾ ਤੱਕ ਉਹ ਹੋ ਚੁੱਕੀ ਸੀਗੀ ਕਿ 6ਵੇਂ ਪਾਸ਼ਾ ਦੇ ਵੇਲੇ ਵੀ ਜੰਗਾ ਦੇ ਅੰਦਰ ਚਾਰ ਜੰਗਾ ਦੇ ਅੰਦਰ ਬੜੀਆਂ ਸ਼ਹਾਦਤਾਂ ਹੋਈਆਂ ਸਾਰਿਆਂ ਨੇ ਆਪਣੇ ਜੜੇ ਹਨ ਉਹ ਛੇ ਛੇ ਦੀਆਂ ਪ੍ਰਾਪਤ ਕੀਤੀਆਂ ਔਰ ਬਾਦਰੀ ਨਾਲ ਲੜੇ ਹਨ ਸ਼ਾਹਜਹਾਂ ਦੀ ਫੌਜ ਦੇ ਵਿਰੁੱਧ ਹੋਰ ਇੱਥੇ ਹੁਣ ਇਹ ਤਿਆਰੀ ਹੋ ਗਈ ਫਿਰ ਜਿਵੇਂ ਜਵੇਂ ਪਾਸ਼ਾ ਜੀ ਨੇ ਵੀ ਕਲਗੀ ਲਗਾਈ ਸਭ ਕਿਸ ਕੀਤਾ ਤੋ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਾਰਾ ਰਾਇਲ ਰੋਪਸ ਜਿਹੜੇ ਉਹ ਪਾਏ ਕਲਗੀ ਲਗਾ ਕਰਕੇ ਬੈਠੇ ਘੋੜਿਆਂ ਤੇ ਸਵਾਰੀ ਕੀਤੀ ਔਰ ਸ਼ਸਤਰ ਜਿਹੜੇ ਹਨ ਆਪਣੇ ਕੋਲ ਰੱਖੇ ਔਰ ਇੱਕ ਬੜੀ ਵੱਡੀ ਹੋਰ ਨਵੀਂ ਚੀਜ਼ ਕੀਤੀ ਉਹ ਨਵੀਂ ਚੀਜ਼ ਸੀਗੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਰੰਜੀਤ ਨਗਾਰਾ ਵਜਾਇਆ ਤੋ ਰੰਜੀਤ ਨਗਾਰਾ ਜਦੋਂ ਵਜਾਇਆ ਤੇ ਉਹ ਪਹਾੜੀਆਂ ਜਿਹੜੀਆਂ ਅਨੰਦਪੁਰ ਸਾਹਿਬ ਦੀਆਂ ਪਹਾੜੀਆਂ ਹਨ ਉਹਦੀ ਗੂੰਜ ਜੜੀ ਹੈ ਦੂਰ 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 ਤੱਕ ਗਈ ਤੇ ਉੱਥੇ ਪਤਾ ਲੱਗਿਆ ਵੀ ਇਹ ਪਹਿਲਾਂ ਹੁੰਦਾ ਸੀਗਾ ਕਿ ਢੋਲ ਜਿਹੜੇ ਵਜਦੇ ਸਨ ਨਗਾਰੇ ਵਜਦੇ ਸਨ ਜਦੋਂ ਕੋਈ ਮਹਾਰਾਜਾ ਹੁੰਦਾ ਸੀ ਤੇ ਜਦੋਂ ਆਨੰਤਪੁਰ ਸਾਹਿਬ ਦੀ ਪਹਾੜੀਆਂ ਦੇ ਵਿੱਚੋਂ ਤੇ ਜਿਹੜੇ ਵਜਨ ਲੱਗ ਪਏ ਨਗਾਰੇ ਵਜਨ ਲੱਗ ਪਏ ਤਾਂ ਉਹਨਾਂ ਨੂੰ ਭਜਣਾ ਪੈ ਗਈਆਂ ਤੇ ਉਹ ਫਿਰ ਔਰੰਗਜ਼ੇਬ ਦੇ ਨਾਲ ਉਹਨਾਂ ਨੇ ਸਾਹਣਗੜ੍ਹ ਕੀਤੀ ਭਾਵੇਂ ਕਿ ਉਹ ਪਹਾੜੀ ਰਾਜੇ ਸਨ ਜਿਨ੍ਹਾਂ ਨੂੰ ਪਹਿਲੇ ਇਸ ਚੀਜ਼ ਨੂੰ ਨੋਟਿਸ ਕੀਤਾ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਵੀ ਖੁੰਧ ਖਾਦੀ ਉਹਨਾਂ ਨੇ ਔਰ ਜਿਹੜੀ ਉਹਨਾਂ ਨੇ ਲੜਾਈ ਲੜਾਈਆਂ 14 ਲੜਾਈਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਵਾਰੇ ਦੇ ਨਾਲ ਔਰ ਪੰਗਾਣੀ ਦਾ ਯੁੱਧ ਵੀ ਕੀਤਾ ਉਹਨਾਂ ਨੇ ਤੋ ਉਹਨਾਂ ਦਾ ਮਤਲਬ ਇਹ ਸੀਗਾ ਕਿ ਕਿਸੇ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਵਾਰੇ ਨੂੰ ਡਰਿਆ ਜਾਏ ਤੇ ਇਹ ਜੋ ਨਵਾਂ ਧਰਮ ਇਹਨਾਂ ਨੇ ਜਿਹੜਾ ਸ਼ੁਰੂ ਕੀਤਾ ਹੈ ਜਿਹਦੇ ਅੰਦਰ ਸਾਰਿਆਂ ਨੂੰ ਬਰਾਬਰੀ ਦਾ ਸਿਧਾਂਤ ਦੇ ਰਿਹਾ ਔਰ ਬਰਾਮਣਾਂ ਨੂੰ ਬੜੇ ਖੁੰਦਕ ਸੀ ਇਸ ਗੱਲ ਤੋਂ ਕਿ ਬ੍ਰਾਹਮਣ ਜਿਹੜੇ ਸਨ ਸ਼ੁਰੂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਲੱਗ ਕਰਕੇ ਹੀ ਗੁਰੂ ਅਰਜਨ ਦੇਵ ਮਹਾਰਾਜ ਫਿਰ ਉਸ ਤੋਂ ਬਾਅਦ ਸਾਰੇ ਉਹਨਾਂ ਨੇ ਆਪਣਾ ਕਰਦਾਰ ਜਿਹੜਾ ਹੈ ਉਹ ਵਿਰੋਧ ਦਾ ਹੀ ਰੱਖਿਆ ਹੈ। ਤੋਂ ਇੱਥੇ ਉਹਨਾਂ ਨੇ ਕਿਹਾ ਵੀ ਜਿੱਥੇ ਬਹਾਮਣਾਂ ਦੀ ਜਿਹੜੀ ਹੈ ਉਹ ਕੋਈ ਉੱਚ ਗੱਲ ਇੰਨੀ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ ਔਰ ਇਹ ਜੋ ਨੀਵੀਆਂ ਜਾਤਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਰੇ ਇਹ ਬੋਲ ਇਤਿਹਾਸੋਂ ਮਿਲਦੇ ਹਨ ਕਿ ਜਿੰਨਕੀ ਜਾਤ ਔਰ ਕੁਲ ਮਾਹੀ ਸਰਦਾਰੀ ਨਾ ਪਹੀ ਕਦਾਹੀ ਤਿਹਨੇ ਕੋ ਸਰਦਾਰ ਬਣਾਉ ਰਾਜ ਕਰਨ ਕੀ ਰੀਤ ਚਲਾਉ ਸਵਾਲ ਲਾਕ ਸੇ ਇੱਕ ਲੜਾਉ ਚਿੜਿਓਂ ਸੇ ਮੈਂ ਬਾਜ ਤੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਂ ਤੋ ਇਨੀ ਦਲੇਰੀ ਵਾਲੀ ਜਿਹੜੀ ਗੱਲ ਸੀ ਇਹ ਵੰਗਾਰ ਸੀਗੀ ਉਹ ਜਦੋਂ ਉਹਨਾਂ ਨੇ ਪਾਈ ਤਾਂ ਸਿੱਖ ਜਿਹੜੇ ਸਨ ਨਾ ਉਹ ਉਮੜ ਕੇ ਗੁਰੂ ਮਹਾਰਾਜ ਦੇ ਕੋਲ ਜੜਿਆ ਉਹ ਪਹੁੰਚਨੇ ਸ਼ੁਰੂ ਹੋ ਗਏ ਤੁਗੁਰ ਗੋਬਿੰਦ ਸਿੰਘ ਸਾਹਿਬ ਸਾਹਾ ਜੀ ਨੇ ਜੋ ਲੜਾਈਆਂ ਲੜੀਆਂ 14 ਔਰ ਕਿਸ ਤਰੀਕੇ ਨਾਲ ਉਹਨਾਂ ਨੂੰ ਅਨੰਦਪੁਰ ਸਾਹਿਬ ਉਹਨਾਂ ਨੇ ਕਿਹਨਾ ਹਾਲਾਤਾਂ ਦੇ ਅੰਦਰ ਚੜਨਾ ਪਿਆ ਔਰ ਫਿਰ ਚਮਕੌਰ ਦਾ ਜੰਗ ਹੋਇਆ ਔਰ ਚਮਕੌਰ ਦੇ ਜੰਗ ਤੋਂ ਬਾਅਦ ਖਦਰਾਣੇ ਦੀ ਟਾਪ ਤੇ ਮੁਕਤਸਰ ਦਾ ਜੰਗ ਹੋਇਆ ਔਰ ਫਿਰ ਜਾ ਕਰਕੇ ਸਾਬੋ ਕੀ ਤਲਵੰਡੀ ਦੇ ਵਿੱਚ ਉਹਨਾਂ ਨੇ ਆਪਣਾ ਕਮਰ ਕਾਸਾ ਖੋਲਿਆ ਤੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹਨ ਇਹ ਦਲੇਰੀ ਦਿਖਾਉਂਦੀਆਂ ਹਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨੀ ਦਲੇਰੀ ਦਿਖਾਈ ਹੈ ਚੰਗੇ ਸਮੇਂ ਅੰਦਰ ਵੀ ਉਹ ਸਾਵਧਾਨ ਰਹੇ ਹਨ ਔਰ ਜੇ ਕਿਤੇ ਮੌਕਾ ਐਸਾ ਮਿਲ ਗਿਆ ਕਿ ਜਿਹਦੇ ਵਿੱਚ ਸਾਰੇ ਪਾਸੇ ਵਗੈਰੀਆਂ ਕਰੋ ਕਿਰ ਗਏ ਤੇ ਉਦੋਂ ਵੀ ਘਬਰਾਏ ਨਹੀਂ ਹੋ ਤੇ ਆਪਣਾ ਕਰ ਕਾਇ ਜਦੋਂ ਚਮਕੌਰ ਦੀ ਗੜੀ ਚੋਂ ਵੀ ਗਏ ਹਨ ਤਾਂ ਉੱਥੇ ਵੀ ਤਾੜੀ ਮਾਰ ਕੇ ਕਿਹਾ ਕਿ ਹਿੰਦੇ ਪੀਰ ਮੇਰ ਅਵਸ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਜੇ ਪਕੜਨਾ ਤੇ ਪਕੜੋ ਭਲੇ ਕੋਈ ਚੋਰੀ ਸਪੇ ਨਹੀਂ ਗਏ ਕਿਤੇ ਤੋਂ ਇਸ ਤਰ੍ਹਾਂ ਉਸ ਤੋਂ ਬਾਅਦ ਫਿਰ ਨਾਦੇੜ ਸਾਹਿਬ ਕੇ ਉਹ ਜਿਹਨ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜ ਇਸਲੇ ਗੁਰਤਾ ਗਦੀ ਪ੍ਰਾਪਤ ਕੀਤੀ ਐ 7 ਅਕਤੂਬਰ 1798 ਤਾਂ ਉਸ ਤੋਂ ਬਾਅਦ ਉਹ ਜੋਤੀ ਜੋ ਸਮੰਦੇ ਹਨ ਉੱਥੇ ਬੰਦਾ ਬਹਾਦਰ ਜਿਹੜਾ ਹੈ ਉਹਨਾਂ ਦੀ ਸ਼ਰਨ ਵਿੱਚ ਜਦੋਂ ਆਇਆ ਤੇ ਬੰਦਾ ਬਹਾਦਰ ਨੂੰ ਉਹਨਾਂ ਨੇ ਆਪਣਾ ਜਿਹੜਾ ਉਹ ਐਸਾ ਸੰਦੇਸ਼ ਦਿੱਤਾ ਆਪਣੇ ਕੋਲੋਂ ਤੀਰ ਦਿੱਤੇ ਉਹਨਾਂ ਨੂੰ ਇਤਿਹਾਸ ਦੇਖੋ ਇਹ ਵੀ ਗੱਲ ਦੱਸਦਾ ਹੈ ਕਿ ਬੰਦਾ ਬਹਾਦਰ ਨਾਲ ਉਹਨਾਂ ਦੀ ਕੋਈ ਜ਼ਿਆਦਾ ਧੇਰ ਜਿਹੜੀ ਮੁਲਾਕਾਤ ਨਹੀਂ ਹੋਈ ਕੋਈ ਲੰਮੇ ਚੋੜੇ ਕਈ ਮਹੀਨਿਆਂ ਤੱਕ ਨਹੀਂ ਰਹੇ ਲੇਕਿਨ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਗੁਰਨਾਨਕ ਪਾਸ਼ਾ ਤੋਂ ਅਲੱਗ ਕਰਕੇ ਔਰ ਫਿਰ ਛੋਟੇ ਸਹਿਬ ਯਾਦੇ ਔਰ ਵੱਡੇ ਸਹਿਬ ਯਾਦੇ ਆਦੀ ਸ਼ਾਦਤ ਦੀ ਗੱਲ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜਾ ਬੰਦਾ ਬਹਾਦਰ ਜਿਹੜਾ ਹੈ ਉਹਦਾ ਜਿਹੜਾ ਖੂਨ ਖੁੱਲਣ ਲੱਗ ਪਿਆ ਉਹ ਖੂਨ ਜਿਹੜਾ ਕਿ ਦੋ ਹਰਨੀ ਦੇ ਦੋ ਬੱਚੇ ਮਰਦੇ ਸਾਹਮਣੇ ਦੇਖ ਕਰਕੇ ਉਹ ਖੂਨ ਠੰਡਾ ਪੈ ਗਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਇਤਿਹਾਸ ਨੂੰ ਦੱਸਣ ਤੋਂ ਬਾਅਦ ਉਹਨਾਂ ਦੇ ਮਨ ਦੇ ਅੰਦਰ ਡਿੜਤਾ ਜਿਹੜੀ ਆ ਗਈ ਔਰ ਉਹ ਇੱਕ ਅੰਦਰ ਜਿਹੜੀ ਛੁਪੀ ਹੋਈ ਉਹਨਾਂ ਦੀ ਰਾਜਪੂਤ ਵਾਲੀ ਤਾਕਤ ਸੀਗੀ ਉਹ ਮੁੜ ਕੇ ਸਾਹਮਣੇ ਆ ਗਈ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਥਾਪੜ ਲਿਆ ਕਰਕੇ ਪੰਜ ਸਿੰਘ ਨਾਲ ਲੈ ਕਰਕੇ ਪੰਜ ਤੀਰ ਨਾਲ ਲੈ ਕਰਕੇ ਤੇ ਉਹ ਕੁਝ ਸਿੰਘ ਨਾਲ ਲੈ ਕਰਕੇ ਤੇ ਉਤੋਂ ਚੱਲੇ ਤੇ ਉਹਨਾਂ ਨੇ ਕਿਹਾ ਵੀ ਇਹ ਹੁਣ ਜੋ ਅਨਿਆਇ ਹੋਇਆ ਹੈ ਗੁਰੂ ਆਪ ਦੇ ਨਾਲ ਗੁਰਸਾ ਦੇ ਪਰਿਵਾਰ ਦੇ ਨਾਲ ਸਿੱਖ ਹੁਣ ਚੁੱਪ ਕਰਕੇ ਨਹੀਂ ਬੈਠਣਗੇ ਤੇ ਉਹਨਾਂ ਨੇ ਇਸ ਵਾਸਤੇ ਆਪਣੇ ਕਮਰ ਕੱਸੇ ਕਰ ਲਏ ਤੇ ਕਾਫੀ ਉਹਨਾਂ ਨੇ ਲੰਮਾ ਸਮਾਂ ਜਿਹੜਾ ਹੈ ਉਹ ਪੰਜਾਬ ਦੇ ਅੰਦਰ ਆਪਣੀ ਜਿਹੜੀ ਹੈ ਉਹ ਲੜਾਈ ਲੜਾਈਆਂ ਕੀਤੀਆਂ ਆਪਣੇ ਨਾਲ ਸਿੰਘ ਇਕੱਠੇ ਕੀਤੇ ਤੇ ਉਹ ਸਿੰਘ ਇਕੱਠੇ ਕਰਕੇ ਜਿਹੜੀ ਗੱਲ ਹੈ ਜਿਸ ਵੇਲੇ ਜਿਹੜੇ ਸਿੱਖਾਂ ਉਹਨਾਂ ਨੂੰ ਜਿਵੇਂ ਗੁਰੂ ਮਹਾਰਾਜ ਦੇ ਜਦੋਂ ਬਚਨ ਹੁੰਦੇ ਤੇ ਉਹਨਾਂ ਦੇ ਚਿਹਰੇ ਦੇ ਉੱਪਰ ਲਾਲੀਆਂ ਜਿਹੜੀਆਂ ਹਨ ਉਹ ਚੜ ਪੈਂਦੀਆਂ ਸਨ ਇਹ ਪਰਾचीन ਪੰਥ ਪ੍ਰਕਾਸ਼ ਵਿੱਚ ਦੂਜੀ ਐਡੀਸ਼ਨ ਵਿੱਚ ਰਤਨ ਸਿੰਘ ਪੰਗੂ ਜੀ ਨੇ 26 ਪੰਨੇ ਤੇ ਲਿਖਿਆ ਹੈ ਸਿੰਘਨ ਪੰਥ ਯੁੱਧ ਕੋ ਭयो ਸਿੰਘਨ ਜਨਮ ਸੰਗ ਸ਼ਸਤਰਨ ਲਿਓ ਪੰਥ ਰਜੋ ਏਮ ਸਤਗੁਰੂ ਪੂਰੇ ਜੁਦੇ ਖਾਤਰ ਕਰਨ ਜਰੂਰੇ ਬਿਨ ਜੁਦੇ ਕਭ ਪਾਇਤ ਪਾਸ਼ਾਹੀ ਆ ਜੁਦੇ ਬਿਦ ਗੁਰ ਉਠਾਈ ਸੰਗਤ ਵਿੱਚ ਸਰਬਸੰਮਤੀ ਨਾਲ ਏਵੀ ਮਤਾ ਪਾਸ ਕੀਤਾ ਗਿਆ ਕਿ ਅਬ ਦੇ ਪਾਸ਼ੇ ਗਰੀਬਨ ਉਠਾਏ ਵਹਿ ਜਾਣੇ ਗੁਰਦਈ ਹੈ ਮਾਏ ਇਹ ਜਿਹੜੀ ਗੱਲ ਵੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੀ ਜੋੜੀ ਜਾਂਦੀ ਹੈ ਕਿ ਇਹ ਹੁਣ ਜਿਹੜੀ ਉਸ ਵੇਲੇ ਕਿਹਾ ਵੀ ਸਿੰਘਾਂ ਚਿੜੀਆਂ ਤੋਂ ਮੈਂ ਬਾਜ ਢਾਉ ਤਦੇ ਗੋਬਿੰਦ ਸਿੰਘ ਨਾਮ ਕਹਾਉ ਇਨ ਗਰੀਬ ਸਿੰਘਨ ਕੋ ਦਿਓ ਪਾਸ਼ਾਈ ਤੋਂ ਉਹਦੇ ਨਾਲ ਉਹਨਾਂ ਦੇ ਪਾਸ਼ਾਈ ਜਿਹੜੀ ਲਹਿਨ ਦੀ ਅਸੀਂ ਇਹ ਕਹਿੰਦੇ ਆ ਕਿ ਹਮ ਦਾਵਾ ਪਾਸ਼ਾਈ ਕਿ ਹਮਾਰਾ ਦਾਵਾ ਜਿਹੜਾ ਪਾਸ਼ਾਈ ਦਾ ਤੇ ਅਸੀਂ ਹੰਤ ਇਹ ਪਾਛੇ ਹੀ ਲੈ ਕਰਕੇ ਆਣੇ ਜਿਵੇਂ ਵਿੱਚ ਛੇਵੇਂ ਪਾਸ਼ਾ ਜੀ ਨੇ ਵੀ ਕਹਿਆ ਸੀ ਕਿ ਬਾਜ ਨਹੀਂ ਹਮ ਇਨ ਕੋ ਦੇਣਾ ਤਾਜ ਬਾਜ ਹਮ ਇਨ ਤੇ ਲੈਣਾ ਤੇ ਉਹ ਤਾਜ ਲੈਣ ਦੀ ਜਿਹੜੀ ਗੱਲ ਸੀਗੀ ਸਪਿਰਿਟ ਸੀਗੀ ਉਹ ਰਾਜ ਸਥਾਪਿਤ ਕਰਨ ਦੀ ਹੀ ਗੱਲ ਸੀਗੀ ਤੋਂ ਇਸ ਤਰ੍ਹਾਂ ਅਗੋ ਪਾਸ਼ਾ ਜੀ ਨੇ ਇਹ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਦੀ ਆਵਾਜ਼ ਜਿਹੜੀ ਹੈ ਉਹ ਹਰ ਸਿੱਖ ਦੇ ਮਨ ਦੇ ਵਿੱਚ ਜਿਹੜੀ ਹੈ ਉਹ ਪੈਦਾ ਹੋਣੀ ਸ਼ੁਰੂ ਹੋ ਗਈ ਤੋਂ ਇਸ ਤਰ੍ਹਾਂ ਜਿਹੜੇ ਯੁੱਧ ਹੋਏ ਹਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹ ਪੰਜਾਬ ਵਿੱਚ ਆ ਕਰਕੇ ਸਿੱਖਾਂ ਨੂੰ ਲੀਡਰ ਵੀ ਛੇਤੀ ਹੀ ਮਿਲ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਅੰਦਰ ਤੇ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੂੰ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋ ਅਸੀਂ ਕਹਿੰਦੇ ਵੀ ਜਿਹੜੇ ਪੰਜ ਸਿੰਘ ਸਨ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਹੱਥੀਂ ਅੰਮ੍ਰਿਤ ਛਕਾਇਆ ਸੀ ਉਸ ਤੋਂ ਬਾਅਦ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ ਅੱਗੋਂ ਅੰਮ੍ਰਿਤ ਛਕਾਇਆ ਸੀ ਲੇਕਿਨ ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਪੰਜ ਪਿਆਰਾਂ ਵਿੱਚ ਸ਼ਾਮਲ ਹੋ ਕਰਕੇ ਤੇ ਉੱਥੇ ਉਹਨਾਂ ਨੂੰ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਹੈ ਤੇ ਜ਼ਾਲਮਾਂ ਨੂੰ ਸੋਧਣ ਵਾਸਤੇ ਪੰਜਾਬ ਭੇਜਿਆ ਤੇ ਪੰਜਾਬ ਦੇ ਅੰਦਰ ਜਿੱਦੋਂ ਬੰਦਾ ਆ ਗਿਆ ਤਾਂ ਉਹਨਾਂ ਨੂੰ ਨਾਲ ਜਿਹੜੇ ਹੁਕਮਨਾਮੇ ਦਿੱਤੇ ਸਨ ਬਾਜੀ ਨੇ ਉਹ ਹੁਕਮਨਾਮੇ ਵੀ ਸਿੰਘਾਂ ਨੂੰ ਥਾਂ ਥਾਂ ਦੇ ਉੱਪਰ ਪਹਚਾਏ ਤੇ ਸਾਰੇ ਸਿੰਘ ਜਿਹੜੇ ਸਨ ਕੋਹ ਜਿੱਤੇ ਜਿੱਤੇ ਵੀ ਸਨ ਉਹਨਾਂ ਨੇ ਬਾਬਾ ਜੀ ਦਾ ਸਾਥ ਦੇਣ ਵਾਸਤੇ ਆਪਣੇ ਪਿੰਡਾਂ ਦੇ ਵਿੱਚੋਂ ਜਿੱਥੇ ਲੈ ਕਰਕੇ ਤੇ ਉਹਨਾਂ ਦੇ ਨਾਲ ਆਣੇ ਸ਼ੁਰੂ ਹੋ ਗਏ ਜਿੱਥੇ ਇਹ ਸਿੰਘ ਆਏ ਸਨ ਉੱਥੇ ਨਾਲ ਹੀ ਕੋਈ ਧੜਵੀਂ ਔਰ ਲੁਟੇਰੇ ਟਾਈਪ ਦੇ ਬੰਦੇ ਵੀ ਆ ਗਏ ਤੇ ਉਹਨਾਂ ਨੇ ਵੀ ਲੁੱਟਮਾਰ ਜਿਹੜੀ ਕਰਨ ਵਾਸਤੇ ਬਾਬਾ ਜੀ ਦੇ ਨਾਲ ਰਲ ਗਏ ਤਾਂ ਨਤੀਜਾ ਹੋਇਆ ਕਿ ਪਿੰਡ ਨੂੰ ਲੁੱਟਣ ਆਏ ਉਹ ਆਪਣੇ ਆਪ ਲੁਟਾ ਕੇ ਨਸ ਗਏ ਲੁੱਟਿਆ ਹੋਇਆ ਮਾਲ ਬੰਦਾ ਸਿੰਘ ਨੇ ਆਪਣੇ ਸਾਥੀਆਂ ਨੂੰ ਵੰਡ ਦਿੱਤਾ ਇਸ ਪਹਿਲੀ ਘਟਨਾ ਨੇ ਹੀ ਗਰੀਬਾਂ ਦੇ ਦਿਲਾਂ ਵਿੱਚ ਬੰਦਾ ਸਿੰਘ ਵਾਸਤੇ ਸਤਿਕਾਰ ਪੈਦਾ ਕਰ ਦਿੱਤਾ ਉਹ ਚਰਪੀਚੋ ਉਹਨਾਂ ਦੇ ਉਹਨਾਂ ਸਿਹਰੀ ਤੇ ਖੰਡਾ ਦੋਹਾਂ ਪਿੰਡਾਂ ਦੇ ਵਿਚਕਾਰ ਆ ਡੇਲਾ ਲਾਇਆ ਇੱਥੋਂ ਮਾਝੇ ਮਾਲਵੇ ਜੁਆਬੇ ਦੇ ਪੰਜਾਬ ਦੇ ਹੋਰ ਦੂਰ ਨੇੜੇ ਦੇ ਸਿੱਖਾਂ ਨੂੰ ਚਿੱਠੀਆਂ ਲਿਖੀਆਂ ਕਿ ਜ਼ਾਲਮ ਦੇ ਸਹਬਯਾਦਿਆਂ ਦਾ ਜਿਹੜਾ ਹੈ ਉਹ ਉਹਨਾਂ ਦਾ ਬਦਲਾ ਲੈਣ ਵਾਸਤੇ ਛੇਤੀ ਹੀ ਜਿੱਥੇ ਨਾਲਾ ਆ ਕੇ ਮਿਲੋ ਜਿੱਥੇ ਜਿੱਥੇ ਖਬਰ ਪਹੁੰਚੀ ਸਿੰਘ ਸਾਰੇ ਕਾਰ ਵਿਵਾਰ ਛੱਡ ਕੇ ਹਥਿਆਰ ਸੰਭਾਲ ਕੇ ਬੰਦਾ ਸਿੰਘ ਬਹਾਦਰ ਜੀ ਦੇ ਵਲ ਤੁਰ ਪੇ ਸ਼ਾਹੀ ਹਾਕਮਾਂ ਨੇ ਸੜਕਾਂ ਤੇ ਦਰਿਆਵਾਂ ਤੇ ਪਤਨਾ ਉੱਤੇ ਚੌਕੀਆਂ ਬਿਠਾ ਦਿੱਤੀਆਂ ਮਾਝੇ ਦੇ ਸਿੰਘਾਂ ਨੂੰ ਇਸ ਰੁਕਾਵਟ ਕਾਰਨ ਬੜੀ ਔਖਾਈ ਹੋਈ ਉਹ ਸਿੱਧਾ ਰਾਹ ਛੱਡ ਕੇ ਪਹਾੜੀ ਇਲਾਕੇ ਵਿੱਚੋਂ ਚੱਕਰ ਕੱਟ ਕੇ ਕੀਰਤਪੁਰ ਜਾ ਕੇ ਇਕੱਠੇ ਹੋਏ ਮਾਲਵੇ ਦੇ ਸਿੰਘਾਂ ਵਾਸਤੇ ਇਹ ਉਪਰ ਨਹੀਂ ਸੀ ਕਿ ਛੋਟੇ-ਛੋਟੇ ਉਹ ਜਥੇ ਬਣਾ ਕੇ ਛੇਤੀ ਹੀ ਬਾਬਾ ਬੰਦਾ ਸਿੰਘ ਜੀ ਬਾਦਰ ਦੇ ਕੋਲ ਅੱਪੜ ਗਏ ਔਰ ਰਿਜ਼ਲਟ ਇਹ ਹੋਇਆ ਕਿ 2-3 ਮਹੀਨਿਆਂ ਵਿੱਚ ਹੀ ਬੰਦਾ ਸਿੰਘ ਜੀ ਦੇ ਕੋਲ 4000 ਘੋੜਸਵਾਰ ਤੇ 7-8000 ਪੈਦਲ ਸੇ ਇਕੱਠੇ ਹੋ ਗਏ ਸਿੰਘਾਂ ਦਾ ਇਹ ਦਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨੇ ਹੇਠਾਂ ਕੀ ਬੋਲ ਬੋਲਦੇ ਸਨ ਰਾਜ ਕਰੇਗਾ ਖਾਲਸਾ ਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੜਦਾ ਜਾ ਰਿਹਾ ਸੀ ਜਿਸ ਪਿੰਡ ਦੇ ਚੌਧਰੀ ਗੁਰੂ ਕੇ ਲੰਗਰ ਵਾਸਤੇ ਰਸਦ ਜਾਂ ਕੁਝ ਹੋਰ ਨਜ਼ਰਾਨਾ ਲੈ ਕੇ ਮਿਲ ਪੈਂਦੇ ਸਿੰਘਾਂ ਬਿਨਾ ਛੇੜਛਾੜ ਕੀਤੇ ਉੱਥੋਂ ਅੱਗੇ ਲੰਘ ਜਾਂਦੇ ਤੇ ਜਿੱਥੇ ਦੇ ਹਾਕਮ ਕੁਝ ਆਕੜਦੇ ਉਹ ਸੋ ਦਿੱਤੇ ਜਾਂਦੇ। ਢੂਣਾ ਪਿੰਡ ਕੈਥਲ ਦੇ ਨੇੜੇ ਉਹਨ ਪਤਾ ਲਗਾ ਕਿ ਕੁਝ ਸਿਪਾਈਆਂ ਦੀ ਰਾਖੀ ਵਿੱਚ ਸ਼ਾਹੀ ਖਜ਼ਾਨਾ ਕਿਉਂਕਿ ਮਾਇਆ ਦੀ ਲੋੜ ਸੀ ਇਹ ਸਾਰੇ ਕੰਮ ਵਾਸਤੇ ਤੇ ਸਿੰਘਾਂ ਨੂੰ ਪਤਾ ਲੱਗਾ ਕਿ ਇਹ ਮਾਲਕਾ ਸ਼ਾਹੀ ਖਜ਼ਾਨਾ ਜਿਹੜਾ ਹੈ ਉਹ ਲਿਜਾਇਆ ਜਾ ਰਿਹਾ ਹੈ। ਤੋਂ ਸਿੰਘਾਂ ਨੇ ਜਿਹੜਾ ਹੈ ਉਹ ਸ਼ੇਰ ਬਈ ਅੱਲਾ ਕਰਕੇ ਖਜ਼ਾਨਾ ਲੁੱਟ ਲਿਆ। ਬੰਦਾ ਸਿੰਘ ਨੇ ਉਹ ਸਾਰਾ ਤਾਂ ਆਪਣੀ ਫੌਜਾ ਵਿੱਚ ਵੰਡ ਦਿੱਤਾ। ਕੁਝ ਜਨ ਅਪੇਸ਼ਨ ਕਾਤਲ ਦਾ ਹਾਕਮ ਭੱਜ ਕੇ ਸਿੰਘਾਂ ਦੇ ਚੜ ਆਇਆ ਜੋ ਪਹਿਲੇ ਹੱਲੇ ਵਿੱਚ ਹਾਰ ਖਾ ਕੇ ਘੋੜੇ ਖਵਾ ਕੇ ਨਸ ਗਿਆ ਉਹਨੇ ਸਾਰੇ ਇਲਾਕੇ ਵਿੱਚ ਸਿੰਘਾਂ ਦਾ ਬੋਲਬਾਲਾ ਹੋ ਗਿਆ ਦੂਰ ਨੇੜੇ ਦੇ ਕੁਝ ਹੋਰ ਇਲਾਕੇ ਆ ਰਲੇ ਤੇ ਕੁਝ ਜ਼ਾਲਿਮਾਂ ਦੇ ਸਤਾਇਆ ਹੋਇਆ ਹਿੰਦੂਆ ਵਿੱਚੋਂ ਨਵੇਂ ਸਿੰਘ ਸੱਜ ਗਏ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਬਹੁਤ ਸਾਰੇ ਡੇਰੇ ਵੀ ਆ ਰਲੇ ਬੰਦਾ ਸਿੰਘ ਆਪਣੇ ਕੋਲ ਕੁਝ ਨਾ ਰੱਖਦਾ ਜੋ ਵੀ ਲੁੱਟਦਾ ਮਾਲ ਜਾਂ ਖਜ਼ਾਨਾ ਨਜ਼ਰ ਆਉਂਦਾ ਨਜ਼ਰਾਨਾ ਹੁੰਦਾ ਉਹ ਸਭ ਸਿੰਘਾਂ ਨੂੰ ਗਰੀਬਾਂ ਵਿੱਚ ਵੰਡ ਦਿੰਦਾ ਮੈਂ ਇਥੇ ਇਹ ਗੱਲ ਆਪ ਜੀ ਨਾਲ ਸਾਂਝੀ ਕਰਨਾ ਚਾਹਨਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੰਘਰਸ਼ ਜਿਹੜਾ ਹੈ ਉਹ ਸਿੱਖ ਰਾਜ ਦੀ ਸਥਾਪਤੀ ਵੱਲ ਇੱਕ ਪਹਿਲਾ ਸੰਘਰਸ਼ ਔਰ ਇੱਕ ਪਹਿਲਾ ਸਟੈਪ ਸੀਗਾ ਕਿ ਜਿਵੇਂ ਉਹਨਾਂ ਨੇ ਕਿਵੇਂ ਸਿੱਖ ਸਿੱਖ ਤਾਕਤ ਜਿਹੜੀ ਹੈ ਉਸ ਨੂੰ ਇਕੱਠਾ ਕੀਤਾ ਸਭ ਤੋਂ ਪਹਿਲਾਂ ਬੰਦਾ ਬਹਾਦਰ ਨੇ ਜਿਹੜਾ ਸਮਾਣੇ ਨੂੰ ਜਿਹੜਾ ਹੈ ਉੱਥੇ ਅਟੈਕ ਕੀਤਾ ਉੱਥੇ ਜਿਹੜਾ ਗੁਰੂ ਗੁਰਤੇਗਵਾਲ ਸਾਹਿਬ ਜੀ ਨੂੰ ਕਤਲ ਕਰਨ ਵਾਲਾ ਜਲਾਲੂਦ ਦੇ ਜਲਾਦ ਸੀ ਤੇ ਉਸ ਦੇ ਜਿਸ ਨੇ ਛੋਟੇ ਸੈਬਜਾਦਿਆਂ ਦੇ ਕਾਤਲ ਸੋਸ਼ਲ ਬੇਗ ਤੇ ਬਾਸ਼ਲ ਬੇਗ ਦੇ ਰਹਿਣ ਦਾ ਉਸ ਪਿੰਡ ਦੇ ਸੰਮਾਨੇ ਦੇ ਤੇ ਇਸ ਵਾਸਤੇ ਸਿੰਘਾਂ ਦੇ ਦਿਲ ਵਿੱਚ ਇਸ ਸ਼ਹਿਰ ਵਾਸਤੇ ਘਟ ਗੁੱਸਾ ਨਹੀਂ ਸੀ 26 ਨਵੰਬਰ 1708 ਈਸਵੀ ਨੂੰ ਸਵੇਰੇ ਹੀ ਬੰਦਾ ਸਿੰਘ ਬਹਾਦਰ ਸਾਲ 1790 26 ਨਵੰਬਰ 1790 ਈਸਵੀ ਨੂੰ ਸਵਰੇ ਹੀ ਬੰਦਾ ਸਿੰਘ ਜੀ ਨੇ ਸੁਮਾਨੇ ਉਤੇ ਹਮਲਾ ਕਰ ਦਿੱਤਾ ਤੇ ਕੁਝ ਘੰਟਿਆਂ ਵਿੱਚ ਹੀ ਵਸ ਦਾ ਸ਼ਹਿਰ ਉਜਾੜ ਕੇ ਰਖ ਦਿੱਤਾ ਮੁਗਲਾਂ ਦੇ ਸੈਦਾਂ ਆਗੋਂ ਟੱਕਰਤਾ ਕੀਤਾ ਪਰ ਖਾਸੇ ਦੀ ਅਗਾਹ ਜੋਜ ਦੇ ਸਾਹਮਣੇ ਬਹੁਤਾ ਚਿਰ ਜਿਹੜੀਆਂ ਉਹ ਟੱਕਰਾ ਨਾ ਟਹਿਰ ਨਾ ਸਕੇ ਕਹਿੰਦੇ ਹਨ ਇਸ ਇੱਕ ਦਿਨ ਵਿੱਚ 10000 ਜਾਨਾਂ ਮੌਤ ਦੀ ਢੇਡ ਹੋ ਗਈਆਂ ਇਸ ਸ਼ਹਿਰ ਦੀ ਲੁੱਟ ਵਿੱਚੋਂ ਸਿੰਘਾਂ ਨੇ ਚੰਗੇ ਹੱਥ ਰੰਗੇ ਬੜਾ ਧਾਂਤ ਤੇ ਸਮਾਨ ਕਾਬੂ ਕੀਤਾ ਇਲਾਕੇ ਦੇ ਲੁੱਟੇਰਿਆਂ ਵੀ ਬਹੁਤ ਕੁਝ ਹਾਸਲ ਕੀਤਾ ਤੇ ਬਹੁਤ ਸਾਰੇ ਅਮੀਰਾਂ ਦੇ ਘਰ ਘਾਟ ਸਾੜ ਕੇ ਜਿਹੜੇ ਹਨ ਉਹ ਮਿੱਟੀ ਦੇ ਢੇਰ ਵਿੱਚ ਬਦਲ ਦਿੱਤੇ ਸਹੀ ਅਰਥਾਂ ਵਿੱਚ ਇਹ ਸਿੱਖਾਂ ਦੀ ਪਹਿਲੀ ਫਤਿਹ ਸੀ ਭਾਈ ਫਤਿਹ ਸਿੰਘ ਇਥੋਂ ਦਾ ਫੌਜਦਾਰ ਬਣਾਇਆ ਗਿਆ ਹੁਣ ਬੰਦਾ ਸਿੰਘ ਛੇਤੀ ਤੋਂ ਛੇਤੀ ਮਾਜੇ ਦੇ ਦੋਆਬੇ ਦੇ ਸਿੰਘਾਂ ਨੂੰ ਮਿਲਣਾ ਚਾਹੁੰਦਾ ਸੀ ਉਸਨੇ ਇਹਨਾਂ ਨੂੰ ਸੁਨੇਹਾ ਵੇ ਭੇਜ ਦਿੱਤਾ ਕਿ ਅਸੀਂ ਛੇਤੀ ਹੀ ਬਨੂੜਵਾਲ ਆ ਰਹੇ ਹਾਂ ਉੱਥੇ ਸਭ ਇਕੱਤਰ ਹੋ ਜਾ ਆ ਗੋਸਰਹੰਦ ਤੋਂ ਚੜ੍ਹਦੇ ਪਾਸੇ ਵੀ ਦੀ ਚੱਕਰ ਕੱਟ ਕੇ ਅੱਗੇ ਵਧਿਆ ਤੇ ਰਾਹ ਵਿੱਚ ਕੜਾਮ ਠਸਕਾ ਸ਼ਾਹਬਾਦ ਮੁਸਤਫਾ ਬਾਦ ਕਪੂਰੀ ਸਢੋਰਾ ਮੁਖਲਿਸਗੜ ਜਿਸ ਦਾ ਨਾਮ ਸਿੰਘਾਂ ਨੇ ਲੋਗੜ ਰੱਖਿਆ ਤੇ ਬਨੂੜ ਦਾ ਕਸਬਾ ਜਿਹੜਾ ਹੈ ਉਹ ਜਿੱਤਿਆ ਇਹਨਾਂ ਮਾਰਾਂ ਵਿੱਚ ਬੰਦਾ ਸਿੰਘ ਕੋਲ ਲੋੜਿੰਦਾ ਧੰਨ ਤੇ ਸਮਾਨ ਵੀ ਹੋ ਗਿਆ ਸਾਧ ਸੰਗਤ ਜੀ ਮੈਂ ਤੇ ਬੇਨਤੀ ਕਰਾਂ ਕਿ ਇਹ ਜਿਹੜੇ ਇਲਾਕਿਆਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਇਹ ਸਾਰੇ ਇਲਾਕੇ ਹੀ ਬੰਦਾਬਾਦਰ ਨੇ ਜਿਹੜਾ ਸਿੱਖ ਰਾਜ ਸਥਾਪਿਤ ਕੀਤਾ ਸੀ ਉਸ ਦੇ ਵਿੱਚੇ ਹਿੱਸਾ ਸੀ ਔਰ ਮੁਖਲਸ ਅਗੜ ਜਨ ਨੂੰ ਕਿ ਬਾਬਾ ਜੀ ਨੇ ਆਪਣੇ ਰਾਜ ਦੀ ਰਾਜਧਾਨੀ ਬਣਾਇਆ ਸੀ ਉਹ ਵੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਮੈਂ ਜ਼ਿਕਰ ਕੀਤਾ ਹੈ ਉਹ ਸ਼ਾਮਿਲ ਸੀ ਉਧਰ ਕੀਰਤਪੁਰ ਵਾਲਾ ਦਲ ਜਿਹਨੂੰ ਚਿੱਠੀਆਂ ਪਹੁੰਚੀਆਂ ਬਾਬਾ ਬੰਦਾ ਸਿੰਘ ਬਹਾਦਰ ਜਿਹਦੀਆਂ ਤੇ ਰੋਪੜ ਨੂੰ ਵਧਿਆ ਤਾਂ ਵਜ਼ੀਰ ਖਾਂ ਦੇ ਭੇਜੇ ਹੋਏ ਮਲੇਰ ਕੋਟੀਏ ਫੌਜ ਲੈ ਕੇ ਅੱਗੇ ਜਾ ਆਪਣੇ ਇਹਨਾਂ ਕੋਲ ਤੋਪਾਂ ਵੀ ਸਨ ਤੇ ਫੌਜ ਵੀ ਸਿੰਘਾਂ ਨਾਲੋਂ ਬਹੁਤੀ ਸੀ ਪਰ ਜਿਸ ਵੇਲੇ ਸਿੰਘਾਂ ਦਾ ਜਥੇਦਾਰ ਚਲੋ ਸਰਹੰਦ ਮਾਰੋ ਸਰਹੰਦ ਬੜੇ ਜੋਸ਼ ਨਾਲ ਸਿੰਘ ਜਿਹੜੇ ਹਨ ਉਹ ਇਹਨਾਂ ਬੋਲਾਂ ਨੂੰ ਬੋਲਦੇ ਸਨ ਤੇ ਇੱਕ ਬੜੀ ਚੜ੍ਹਦੀ ਕਲਾ ਵਾਲੀ ਗੱਲ ਹਰ ਸਿੱਖ ਦੇ ਵੀਰ ਦੌੜ ਜਾਂਦੀ ਸੀ ਕਿ ਚਲੋ ਸਰਹੰਦ ਮਾਰੋ ਸਰਹੰਦ ਦੇ ਨਾਰੇ ਲਾ ਕੇ ਅੱਗੇ ਵਧੇ ਤਾਂ ਉਹਨਾਂ ਦੀ ਦਰਵਾਜ਼ਾ ਸਾਹਮਣੇ ਛਾਤੀ ਢਾਹ ਕੇ ਖਲੋਣ ਦੀ ਕਿਸੇ ਵਿੱਚ ਹਿੰਮਤ ਨਾ ਹੁੰਦੀ ਦੋਹਾਂ ਪਾਸਿਆਂ ਤੋਂ ਗਬਰੂ ਆਦੇ ਸੱਥਰ ਵਿੱਚ ਗਏ ਅੰਤ ਖਿਜਰ ਖਾਂ Nusrat ਖਾਂ ਤੇ ਵਲੀ ਮੁਹੰਮਦ ਖਾਂ ਮਾਰੇ ਗਏ ਤੇ ਸ਼ੇਰ ਮੁਹੰਮਦ ਖਾਂ ਜਕਵੀ ਹੋ ਕੇ ਮદાન ਛੱਡ ਗਿਆ ਸਿੰਘ ਵੈਰੀ ਤਾਂ ਸਮਾਂ ਕਬਜ਼ੇ ਕਰਕੇ ਫਤਿਹ ਦੇ ਜਿਕਾਰੇ ਛੜਦੇ ਹੋਏ ਬਨੂੜ ਵੱਲ ਵੱਧ ਗਏ ਬਨੂੜ ਤੋਂ 3 ਮੀਲ ਬਾਅਦ ਅੱਗੇ ਵੱਧ ਕੇ ਬੰਦਾ ਸਿੰਘ ਜੇਤੂ ਸਿੰਘਾਂ ਨੂੰ ਆ ਮਿਲਿਆ ਇੰਨੀ ਖੁਸ਼ੀ ਹੋਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਉਹਨਾਂ ਦੇਖਿਆ ਕਿ ਇਹ ਸਿੰਘ ਜਿਹੜੇ ਹਨ ਉਹ ਫਤਿਹ ਕਰਕੇ ਆ ਰਹੇ ਹਨ ਤੇ ਉਹ ਬਾਹਰ ਆ ਕਰਕੇ ਉਹਨਾਂ ਨੂੰ ਮਿਲਦੇ ਹਨ ਔਰ ਜਿਕਾਰੇ ਛੜਦੇ ਹਨ ਔਰ ਉਹ ਬੜਾ ਖੁਸ਼ੀ ਦਾ ਮਾਹੌਲ ਬਣਦਾ ਹੈ ਉਹਨਾਂ ਦਰਾਂ ਨੂੰ ਵੇਖ ਕੇ ਖੁਸ਼ੀਆਂ ਚੜ ਗਈਆਂ ਖਾਣਾ ਪ੍ਰਸ਼ਾਦ ਦੀਆਂ ਦੇਗਾ ਵੰਡੀਆਂ ਗਈਆਂ ਹੁਣ ਦੋਵੇਂ ਦਲ ਛੇਤੀ ਛੱਡ ਛੱਡ ਕੇ ਛੜਦੇ ਕਬਜ਼ਾ ਕਰਨ ਲਗੇ ਦਲ ਛੱਡ ਛੱਡ ਕੇ ਕਬਜ਼ਾ ਕਰਨ ਲਗੇ ਸਰਹੰਦ ਉਤੇ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਸਾਰੇ ਇਲਾਕੇ ਦੀਆਂ ਨਜ਼ਰਾਂ ਸਰਹੰਦ ਦੀ ਲੜਾਈ ਤੇ ਲੱਗੀਆਂ ਹੋਈਆਂ ਸਨ ਦੋਹੇ ਪਾਸੇ ਡਟਵੀਂ ਤਿਆਰੀ ਹੋ ਰਹੀ ਸੀਗੀ ਬੰਦਾ ਸਿੰਘ ਕੋਲ ਆਦਮੀਆਂ ਦੀ ਗਿਣਤੀ ਕਾਫੀ ਸੀ ਪਰ ਹਥਿਆਰ ਬੜੇ ਥੋੜੇ ਸਨ ਬੜੇ ਥੋੜੇ ਸਿੰਘਾਂ ਕੋਲ ਬੰਦੂਕਾਂ ਸਨ ਬਾਕੀ ਕਿਸੇ ਕੋਲ ਨੇਜਾ ਕਿਸੇ ਕੋਲ ਤਲਵਾਰ ਤੇ ਕਿਸੇ ਕੋਲ ਤੀਰ ਕਮਾਣੇ ਇਹ ਫੌਜ ਤਿੰਨ ਤਰ੍ਹਾਂ ਦੀ ਸੀ ਇੱਕ ਸੀ ਧਰਮ ਦੇ ਖਾਤਰ ਸ਼ਹੀਦ ਹੋਣ ਵਾਲੇ ਪੱਕੇ ਸਿੱਖ ਦੂਜੇ ਸਨ ਰਾਮ ਸਿੰਘ ਤੇ ਲੋਕ ਸਿੰਘ ਫੁਲਕੀ ਆਦਿ ਇਕੱਲੇ ਹੋਏ ਤਨਖਾਹਦਾਰ ਸਿਪਾਹੀ ਤੇ ਤੀਸਰੇ ਸਨ ਕੇਵਲ ਲੁੱਟ ਦੀ ਖਾਤਰ ਆਏ ਹੋਏ ਦੂਰ ਨੇੜੇ ਦੇ ਲੁੱਟੇਰੇ ਇਹਨਾਂ ਤੋਂ ਇਲਾਵਾ 1000 ਸਿਪਾਹੀ ਹੋਰ ਵੀ ਸੀ ਜੋ ਵਜ਼ੀਰ ਖਾਂ ਤੇ ਸੁਚਾ ਨੰਦ ਨੇ ਭੇਜੇ ਹੋਏ ਸਨ ਸੂਹ ਲੈਣ ਵਾਸਤੇ ਉਹ ਬੰਦਾ ਸਿੰਘ ਨੂੰ ਧੋਖੇ ਨਾਲ ਮਾਰਨ ਵਾਸਤੇ ਉਸ ਦੀ ਫੌਜ ਨਾਲ ਆ ਮਿਲੇ ਸਨ ਇਸ ਫੌਜ ਦਾ ਅਫਸਰ ਸਚਿਆਨੰਦ ਦਾ ਭਤੀਜਾ ਸੀ ਜਿਸ ਨੇ ਆਪਣੇ ਆਉਣ ਦਾ ਕਾਰਨ ਸੁਚਾਨੰਦ ਤੋਂ ਵੈਰ ਲੈਣਾ ਦੱਸਿਆ ਦੂਜੇ ਪਾਸੇ ਬੁੱਢਾ ਵਜੀਰ ਖਾਂ ਵੀ ਚਪੜ ਚਿੜੀ ਦੇ ਮੈਦਾਨ ਵਿੱਚ ਸਿੰਘਾਂ ਨਾਲ ਲੜਨ ਵਾਸਤੇ ਤਿਆਰ ਹੋ ਕਲਾਂ ਉਸ ਨੇ ਆਪਣੇ ਮਤਾਇਤ ਫੌਜਦਾਰਾਂ ਦੀ ਫੌਜ ਦੇ ਇਲਾਕੇ ਦੇ ਚੌਧਰੀ ਤੇ ਸਭ ਆਦਮੀ ਇਕੱਠੇ ਕਰ ਲਏ ਜਿਹਾਦ ਦੇ ਨਾਮ ਥੱਲੇ ਮੁਲਾਣਿਆਂ ਦੀ ਵੀ ਸ਼ਾਹਦਤ ਦੇ ਚਾਹਵਾਨ ਹਜ਼ਾਰਾਂ ਅਜੀ ਗਾਜ਼ੀ ਬਹਿਸ਼ਤ ਦੇ ਦਰਵਾਜੇ ਦੇ ਅੱਗੇ ਲੈ ਆਂਦੇ ਰਲ ਮਿਲ ਕੇ ਫੌਜ ਦੀ ਗਿਣਤੀ 20000 ਹੋ ਗਈ ਸਭ ਤੋਂ ਅੱਗੇ ਤੋਪਾਂ ਤੇ ਬੰਦੂਕਾਂ ਜੰਬੂਰੇ ਜੰਬੂਰ ਕੇ ਬੀੜੇ ਹੋਏ ਸਨ ਉਸ ਤੋਂ ਪਿੱਛੋਂ ਹਾਥੀਆਂ ਦੀ ਪਾਲ ਖੜੀ ਕੀਤੀ ਹੋਈ ਸੀ ਇਸ ਪਾਸੇ ਇੱਕ ਪਾਸੇ ਸ਼ੇਰ ਮੁਹੰਮਦ ਖਾਨ ਤੇ ਖਵਾਜ਼ਾ ਅਲੀ ਮਲੇਰ ਕੋਟਲੇ ਵਾਲੇ ਆਪਣੀਆਂ ਫੌਜਾਂ ਨਾਲ ਲਈ ਖੜੇ ਸਨ ਤੇ ਦੂਸਰੇ ਪਾਸੇ ਜਿਹੜੇ ਹਨ ਉਹ ਆਸ਼ਕ ਗਾਜੀ ਵਿਚਕਾਰ ਬੁੱਢਾ ਨਵਾਬ ਜੀਰ ਖਾਂ ਕੋੜੀ ਅਸਵਾਰੇ ਸਾਰੀ ਫੌਜ ਦੀ ਕਮਾਨ ਕਰ ਰਿਹਾ ਸੀ ਇਸ ਤਰ੍ਹਾਂ ਮੈਦਾਨ ਮੱਲੀ ਤੇ ਬੰਦਾ ਸਿੰਘ ਦੀ ਕੁਢੀ ਕਰੇ ਸਾ ਸਿੰਘਾਂ ਨੇ ਕਿਵੇਂ ਚੜ੍ਹਾਈ ਕੀਤੀ ਉਧਰ ਅਗਾਜ ਜੋਸ਼ ਦੇ ਵਿੱਚ ਭਰੇ ਸਿੰਘ ਵੀ ਚਲੋ ਸ਼ਹਿਰ ਸਰਹੰਦ ਤੇ ਮਾਰੋ ਸਰਹੰਦ ਤੇ ਸਸਰੀ ਘਾਲ ਦੇ ਜੀ ਘਾਰੇ ਛੱਡਦੇ ਆ ਰਹੇ ਸਨ ਇੱਕ ਪਾਸੇ ਮੱਲੀ ਮਲਵਈ ਸੂਰਮੇ ਆ ਰਹੇ ਸਨ ਜਿਨ੍ਹਾਂ ਦੀ ਸਰਦਾਰੀ ਸਰ ਫਤਿਹ ਸਿੰਘ ਸਰ ਕਰਮ ਸਿੰਘ ਸਰ ਤਰਮ ਸਿੰਘ ਤੇ ਸਰ ਆਲੀ ਸਿੰਘ ਦੇ ਹੱਸੀ ਦੂਜੇ ਪਾਸੇ ਮਾਝੇ ਦੇ ਵੀਰ ਬਾਬਾ ਬినੋਦ ਸਿੰਘ ਸਰ ਬਾਈ ਸਿੰਘ ਸਰ ਰਾਮ ਸਿੰਘ ਤੇ ਸਰ ਸ਼ਾਮ ਸਿੰਘ ਤੇ ਮਤਾਨ ਚਲੇ ਆ ਰਹੇ ਸਨ ਕੁਝ ਰਲਵੀ ਫੌਜ ਦੀ ਕਮਾਨ ਬੰਦਾ ਸਿੰਘ ਨੇ ਆਪਣੇ ਹੱਥ ਵਿੱਚ ਸੀ 22 ਮਈ 1710 ਈਸਵੀ ਨੂੰ ਦੋਵੇਂ ਧਰਮ ਆਮਨੇ ਸਾਹਮਨੇ ਆਪ ਪਿਹੜੇ ਇੱਕ ਪਾਸੇ ਸਰਦਾਰ ਫਤਿਹ ਸਿੰਘ ਤੇ ਦੂਜੇ ਪਾਸੇ ਸਰਦਾਰ ਬਾਈ ਸਿੰਘ ਆਪਣੇ ਮਤ ਹੱਥ ਸਰਦਾਰਾ ਸਣੇ ਹਮਲਾ ਕਰਨ ਵਾਸਤੇ ਅੱਗੇ ਵਧੇ ਬਾਬਾ ਬੰਦਾ ਸਿੰਘ ਆਪਣੀ ਇਮਾਨਦادی ਰਿਜ਼ਰਵ ਫੌਜ ਲੈ ਕੇ ਇੱਕ ਉੱਚੇ ਟਿੱਬੇ ਤੇ ਖਲੋ ਕੇ ਸਾਰੇ ਜੰਗ ਦਾ ਨਜ਼ਾਰਾ ਦੇਖਣ ਲੱਗੇ ਸਿੰਘਾਂ ਦੇ ਨੇੜੇ ਢੁੱਕਾਂ ਉੱਤੇ ਵਜ਼ੀਰ ਖਾਨ ਦੀਆਂ ਤੋਪਾਂ ਤੇ ਜੰਬੂਰੀਆਂ ਨੇ ਅੱਗ ਬਰੋਨੀ ਸ਼ੁਰੂ ਕਰ ਦਿੱਤੀ ਜਿਸ ਵੇਲੇ ਜੰਗੀਰਦਾਰ ਗੋਲੇ ਚੱਲੇ ਲੁਟੇਰੇ ਪਹਿਲੇ ਹੱਥ ਹੀ ਹਰਨ ਹੋ ਗਏ ਇਸ ਤੋਂ ਥੋੜਾ ਜਿਹਾ ਪਿੱਛੋਂ ਸੁੱਚਾ ਨੰਦ ਦਾ ਭਤੀਜਾ ਆਪਣੀ 1000 ਫੌਜ ਲੈ ਕੇ ਬੰਦਾ ਸਿੰਘ ਬਾਦਰ ਨੂੰ ਧੋਖਾ ਦੇ ਕੇ ਮੈਦਾਨ ਵਿੱਚੋਂ ਭੱਜ ਨਿਕਲਿਆ ਪਿੱਛੋਂ ਕੇਵਲ ਸਿੱਧਗੀ ਸਿੱਖ ਹੀ ਡਟੇ ਰਹੇ ਇੱਕ ਪਾਸੇ ਤੋਪਾਂ ਜੰਬੂਰ ਕੇ ਤੇ ਦਾਰ ਦੂਰ ਮਾਰ ਵਾਲੀ ਬੰਦੂਕਾਂ ਤੇ ਇੱਕ ਪਾਸੇ ਤੀਰ ਤੇ ਟਾਵੀ ਟਾਵੀ ਬੰਦੂਕ ਇਸ ਹਾਲੇ ਭੱਲੇ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ ਉਸਰਮਨ ਫੌਜ ਦੇ ਹੌਸਲੇ ਵਧ ਰਹੇ ਸਨ ਕਿ ਸਿੱਖ ਨਸ ਨਸੇ ਕੇ ਨਸੇ ਤੇ ਉਹ ਕਰੇ ਸਨ ਬਾਈ ਸਿੰਘ ਨੇ ਇਸ ਸਾਰੇ ਹਾਲਾਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦੱਸੀ ਤਾਂ ਉਹ امدادی ਫੌਜ ਲੈ ਕਰਕੇ ਮੈਦਾਨ ਵਿੱਚ ਆ ਪਹੁੰਚੇ ਇਸ ਸਰਜਰੀ ਸਰਜਰੀ ਫੌਜ ਦੇ ਆਉਣ ਤੇ ਦੇ ਨਾਲ ਹੀ ਸਿੰਘਾਂ ਦੇ ਦਿਲ ਦੇ ਹੌਸਲੇ ਵਧ ਗਏ ਉਹਨਾਂ ਤੈਂਦੀ ਸੱਤੇ ਤਲਵਾਰਾਂ ਤੇ ਬਰਛੇ ਧੂਕ ਮਲੇਰ ਕੋਟੀਆਂ ਤੇ ਹੱਲਾ ਬੋਲ ਦਿੱਤਾ ਉਹ ਦੋਵੇਂ ਯੋਧੇ ਮਰਦਾਂ ਵਾਂਗ ਡਟ ਕੇ ਲੜੇ ਪਰ ਅੰਤ ਦੋਵੇਂ ਸ਼ੇਰ ਮੁਹੰਮਦ ਖਾਨ ਤੇ ਖਵਾਜ਼ਾ ਅਲੀ ਖਾਨ ਦੀ ਤਲਵਾਰ ਦੀ ਪੇਟਾ ਚੜ ਗਈ ਜੰਦਾਲਾਂ ਦਾ ਡਿਗਣਾ ਹੀ ਸੀ ਕਿ ਉਹਨਾਂ ਦੀ ਫੌਜ ਮੈਦਾਨ ਛੱਡ ਕੇ ਨਾ ਸੁੱਟੀ ਦੂਜੇ ਪਾਸੇ ਗਾਜ਼ੀਆਂ ਦਾ ਵੀ ਬਹੁਤ ਬੁਰਾ ਹਾਲ ਹੋਇਆ ਇਸ ਵੇਲੇ ਵਜ਼ੀਰ ਖਾਨ ਵਾਲਾ ਮੋਰਚਾ ਕਾਇਮ ਸੀ ਬਾਕੀ ਸਭ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਸੀ ਅਜੇ ਵੀ ਹੌਸਲਾ ਕਰਕੇ ਉਹ ਬੁੱਢਾ ਨਵਾਬ ਖੜਾ ਸੀ ਜੱਕੇ ਸੇ ਯੋਧੇ ਦੇ ਇੱਕ ਤੀਰ ਨੇ ਉਸ ਵੇਲੇ ਜੰਗ ਦਾ ਫੈਸਲਾ ਹੀ ਕਰ ਦਿੱਤਾ ਤੀਰ ਨਾਲ ਫਟੜ ਹੋ ਕੇ ਵजीर खान ਘੋੜੇ ਤੋਂ ਥੱਲੇ ਆ ਡਿਗਾ ਦੋਹਾਂ ਪਾਸਿਆਂ ਤੋਂ ਬਾਜ ਸਿੰਘ ਤੇ ਫੁੱਤਾ ਸਿੰਘ ਨੇ ਹਮਲਾ ਕਰਕੇ ਜ਼ਖਮੀ ਸੂਬੇਦਾਰ ਨੂੰ ਕਾਬੂ ਕਰ ਲਿਆ ਨਵਾਬ ਦਾ ਡਿਗਣਾ ਹੀ ਸੀ ਕਿ ਉਸ ਦੀ ਫੌਜ ਜਿੱਧਰ ਮੂੰਹ ਹੋਇਆ ਉਧਰ ਨੂੰ ਨਸਤ ਹੋਈ ਲੜਾਈ ਖਤਮ ਹੋਈ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ ਜੇਤੂ ਸਿੰਘਾ ਨੇ ਮੈਦਾਨ ਵਿੱਚ ਪਿਆ ਦੁਸ਼ਮਣ ਦਾ ਸਭ ਸਮਾਨ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਨਸ਼ੇ ਨਸ਼ੇ ਜਾਂਦੇ ਦੇ ਮਗਰ ਵਾੜ ਤਰ ਲਈ 12 ਮੀਲ ਦਾ ਪੰਧ ਪੈਰਾ ਥੱਲੇ ਲਿਤਾੜ ਕੇ ਖਾਲਸਾ ਸਰਹੰਦ ਜਾ ਪਹੁੰਚਿਆ ਥੋੜੇ ਜਿਹੇ ਟਾਕਰੇ ਪਿੱਛੋਂ ਕਿਲੇ ਦੇ ਕਬਜ਼ਾ ਕਰ ਲਿਆ 26 ਮਈ ਨੂੰ ਸਿੰਘ ਸਰਹੰਦ ਵਿੱਚ ਸ਼ਾਹ ਦਾਖਲ ਹੋ ਗਏ ਸ਼ਹਿਰ ਦੀਆਂ ਕੰਧਾਂ ਸਿੰਘਾਂ ਨੂੰ ਅਜੇ ਵੀ ਸਹਿਬਜ਼ਾਦਿਆਂ ਦੇ ਖੂਨ ਨਾਲ ਰੰਗੀਆਂ ਹੋਈਆਂ ਨਜ਼ਰ ਆ ਰੀਆਂ ਸਨ ਜੋ ਸਾਹਮਣੇ ਆਇਆ ਤਨਵਾਰ ਦੀ ਧਾਰ ਲੰਗਾ ਦਿੱਤਾ ਦਿਲਾਂ ਵਿੱਚ ਕਹਿਰ ਜੇਤੂਆਂ ਨੇ ਰੱਜ ਕੇ ਵਿਹਾਰੀਆਂ ਤੇ ਕਢਿਆ ਬਾਜ਼ਾਰ ਤੇ ਮੁਗਲਾਂ ਦੀਆਂ ਹਵੇਲੀਆਂ ਲੋਥਾਂ ਨਾਲ ਭਰ ਦਿੱਤੀਆਂ ਪਾਪੀਆਂ ਦੇ ਪਾਪ ਦਾ નિર્ਦੋਸ਼ ਤੇ નિર્ਦੋਸ਼ਾਂ ਦਾ ਖੂਨ ਭੰਬੜ ਬਣ ਕੇ ਵੱਲ ਉੱਠਿਆ ਜਿਸ ਵਿੱਚ ਗੁਨਾਹੀ ਭੰਬੜ ਭੱੜ ਵੱਟ ਕੇ ਡਿੱਗਣ ਲੱਗੇ ਇਸ ਇਸ ਤੋਂ ਬਾਅਦ ਜੋ ਲੁੱਟਮਾਰ ਹੋਈ ਇਸੇ ਵੇਲੇ ਜਿੱਥੇ ਲੁਟੇਰੇ ਨਸ ਗਏ ਖਾਂਸੇ ਦੀ ਫਤਿਹ ਸੁਣ ਕੇ ਉਹ ਫਿਰ ਮੁੜ ਕੇ ਆੜਲੇ ਸਰਾਂ ਦੇ ਦਾ ਬਹੁਤ ਨੁਕਸਾਨ ਉਹਨਾਂ ਕੀਤਾ ਘਰਾਂ ਦੇ ਘਰ ਸਾੜ ਕੇ ਸਵਾ ਕਰ ਦਿੱਤੇ ਜੋ ਇਸਤਰੀ ਪੁਰੀ ਸਾਹਮਣੇ ਆਇਆ ਮੌਤ ਦੇ ਘਾਟ ਉਤਾਰ ਦਿੱਤਾ 4 ਦਿਨ ਤੱਕ ਸ਼ਹਿਰ ਲੁੱਟਦਾ ਰਿਹਾ ਰੋਟੀਂਦਾ ਰਿਹਾ ਅੰਤ ਬੰਦਾ ਸਿੰਘ ਜੀ ਨੇ ਹੁਕਮਨ ਅਮਨ ਕਾਇਮ ਕੀਤਾ ਹੁਕਮ ਕੀਤਾ ਕਿ ਹੁਣ ਸ਼ਾਂਤੀ ਕਰੋ ਹੁਣ ਨਿਆਂ ਦੀ ਵਾਰੀ ਆਈ ਹੈ ਜ਼ਾਲਿਮਾਂ ਨੂੰ ਜ਼ੁਲਮ ਦੀ ਸਜ਼ਾ ਦੇਣੀ ਸਭ ਤੋਂ ਚੰਗਾ ਨਿਆ ਹੈ ਵਜ਼ੀਰ ਖਾਨ ਦਾ ਕੀਤੇ ਦਾ ਪਲ ਪਹੁੰਚ ਚੁਕਾ ਸੀ ਚੱਪੜ ਚਿੜੀ ਦੇ ਮੈਦਾਨ ਵਿੱਚੋਂ ਫੜੇ ਹੋਏ ਜ਼ਖਮੀ ਵਜ਼ੀਰ ਖਾਨ ਨੂੰ ਸਿੰਘਾਂ ਨੇ ਵਹਿਕਿਆਂ ਦੇ ਮਗਰ ਪਾ ਕੇ ਸਰਹੰਦ ਦੀ ਗਲੀ ਗਲੀ ਵਿੱਚ ਫੇਰ ਕੇ ਸੈਖ ਦੇ ਨੂੰ ਅੱਗ ਵੀ ਸੁਰ ਦਿੱਤਾ ਉਹ ਅੱਧਾ ਚੁਣਠਾ ਚੁਲਸਿਆ ਹੋ ਗਿਆ ਤਾਂ ਇੱਕ ਦਰਖਤ ਨਾਲ ਉਠਾ ਲਟਕਾ ਦਿੱਤਾ ਗਿਆ ਜਿੱਥੇ ਉਸ ਦੀ ਲੋਥ ਨੂੰ ਜਾਨਵਰ ਤੋੜ ਰਹੇ ਸਨ ਉਸ ਦਾ ਪੁੱਤਰ ਸਿੰਘਾਂ ਦੇ ਆਉਣ ਤੋਂ ਪਹਿਲਾਂ ਹੀ ਸਣੇ ਪਰਿਵਾਰ ਦਿੱਲੀ ਨੂੰ ਨਸ ਗਿਆ ਸੀ ਸੋ ਹੱਥ ਨਾ ਆਇਆ ਸੁੱਚਾ ਆਨੰਦ ਸਣੇ ਬਾਲ ਬੱਚੇ ਦੇ ਫੜਿਆ ਗਿਆ ਹੋਰ ਵੀ ਕੋਈ ਗੁਨਾਹਗਾਰ ਫੜ ਕੇ ਕਈ ਗੁਨਾਹਗਾਰਨ ਫੜ ਕੇ ਸਿੰਘਾਂ ਨੇ ਕੈਦ ਕੀਤੇ ਹੋਏ ਸਨ ਸਭ ਨੂੰ ਸ਼ਹਿਰ ਵਿੱਚ ਬੂਹੇ ਬੂਹੇ ਫੇਰ ਕੇ ਜਿਉਂਦਿਆਂ ਨੂੰ ਅੱਗ ਵਿੱਚ ਸਾੜਿਆ ਗਿਆ ਇਸ ਤਰ੍ਹਾਂ ਸੁੱਚਾ ਆਨੰਦ ਕੀਤੇ ਦਾ ਫਲ ਭੋ ਕੇ ਸਣੇ ਨਾਲ ਬਾਲ ਬੱਚਿਆਂ ਦਾ ਨਰਕਾਂ ਦਾ ਰਾਹੀ ਹੋਇਆ ਇਸ ਵੇਲੇ ਸਰਕਾਰ ਦੇ 28 ਪ੍ਰਗਣੇ ਸੰਗਾਦੇ ਕਬਜੇ ਵਿੱਚ ਇਹ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਰਾਜ ਸਥਾਪਿਤ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜ਼ੁਲਮਾਂ ਨੂੰ ਸੋਧ ਕੇ ਕਰੋ 28 ਪ੍ਰਗਣੇ ਜਿਹੜੇ ਹਨ ਉਸ ਰਾਜ ਦੇ ਵਿੱਚ ਬੜੀ ਇੰਪੋਰਟੈਂਟ ਉਸ ਵੇਲੇ ਦੀ ਇਹ ਜਿੱਤ ਸੀ ਉਹਨਾਂ ਦੀ ਜਿਸ ਸ਼ਹਿਰ ਵਿੱਚ ਸਾਬ ਜੋਰਾਵਾਲ ਸਿੰਘ ਤੇ ਸਾਬ ਪਤੇ ਸਿੰਘ ਜੀ નિર્ਦੋਸ਼ ਸ਼ਹੀਦ ਕੀਤੇ ਗਏ ਸਨ ਉਸੇ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪਵਿੱਤਰ ਰੱਥਾਂ ਨਾਲ ਸਿੱਖ ਰਾਏ ਦੀ ਨਹੀਂ ਧਰੀ ਮੈਂ ਫਿਰ ਰਿਪੀਟ ਕਰ ਰਿਹਾ ਕਿ ਜਿਸ ਸ਼ਹਿਰ ਵਿੱਚ ਸਹਿਬ ਸਹਿਬ ਜਦਾ ਜੋਰawar ਸਿੰਘ ਤੇ ਸਹਿਬ ਜਦਾ ਫਤਿਹ ਸਿੰਘ ਜੀ નિર્ਦੋਸ਼ੀ ਕੀਤੇ ਗਏ ਸਨ ਉਸੇ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਪਵਿੱਤਰ ਹੱਥਾਂ ਨਾਲ ਸਿੱਖ ਰਾਏ ਦੀ ਨਹੀਂ ਰੱਖੀ ਜਿੱਤੇ ਸਹਿਬ ਜਦਿਆਂ ਦਾ ਸੱਚਾ ਖੂਨ ਡੋਲਿਆ ਸੀ ਉਸੇ ਥਾਂ ਤੇ ਖਾਸੇ ਰਾਜ ਦਾ ਉੱਚਾ ਨਿਸ਼ਾਨ ਚੁਣਾਇਆ ਗਿਆ ਸਰਕਾਰ ਸਰਹੰਦ ਵਿੱਚ ਸਿੱਖ ਰਾਜ ਦੀ ਕਾਮੀ ਦਾ ਐਲਾਨ ਕੀਤਾ ਗਿਆ ਇਸਦਾਰ ਬਾਜ ਸਿੰਘ ਨੂੰ ਸਰਹੰਦਾ ਸੂਬੇਦਾਰ ਬਣਾਇਆ ਗਿਆ ਇਸ ਵੇਲੇ ਜਮਨਾ ਤੋਂ ਲੈ ਕੇ ਸਤਲੁਜ ਤੱਕ ਸਿੱਖਾ ਦਾ ਕਬਜ਼ਾ ਹੋ ਚੁੱਕਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਨੂੰ ਹਰ ਰੰਗ ਤੋਂ ਪੂਰਨ ਕਰਨ ਦੀ ਸੋਚੀ ਕਿਸੇ ਰਾਜ ਵਾਸਤੇ ਉਸ ਦਾ ਆਪਣਾ ਮੁਲਕ ਆਪਣੀ ਰਾਜਧਾਨੀ ਆਪਣਾ ਝੰਡਾ ਆਪਣੀ ਫੌਜ ਆਪਣਾ ਬਾਦਸ਼ਾਹ ਆਪਣਾ ਸਿੱਕਾ ਤੇ ਆਪਣੀ ਮੋਹਰ ਹੋਣਾ ਜ਼ਰੂਰੀ ਹੈ ਮੈਂ ਫਿਰ ਰਿਪੀਟ ਕਰਦਾ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਨੂੰ ਹਰ ਢੰਗ ਤੋਂ ਪੂਰਨ ਕਰਨ ਦੀ ਸੋਚੀ ਕਿਸੇ ਰਾਜ ਵਾਸਤੇ ਉਸ ਦਾ ਆਪਣਾ ਮੁਲਕ ਆਪਣੀ ਰਾਜਧਾਨੀ ਆਪਣਾ ਝੰਡਾ ਆਪਣੀ ਫੌਜ ਆਪਣਾ ਬਾਦਸ਼ਾਹ ਤੇ ਆਪਣਾ ਸਿੱਕਾ ਤੇ ਆਪਣੀ ਮੋਹਰ ਹੋਣੀ ਜ਼ਰੂਰੀ ਹੈ ਤੋ ਸਿੱਖਾ ਗੁਰੂ ਗੋਬਿੰਦ ਸਿੰਘ ਦਾ ਬਖਸ਼ਾ ਹੋਇਆ ਆਪਣਾ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਹੈ ਸੀ ਉਹਨਾਂ ਦਾ ਆਪਣਾ ਮੁਲਕ ਜਿੱਤਿਆ ਹੋਇਆ ਪੰਜਾਬ ਤੇ ਆਪਣਾ ਆਪਣਾ ਬਾਦਸ਼ਾਹ ਬੰਦਾ ਸਿੰਘ ਬਹਾਦਰ ਸੀ ਬਾਕੀ ਦੀਆਂ ਚੀਜ਼ਾਂ ਪੂਰੀਆਂ ਕਰਨ ਦੀ ਲੋੜ ਸੀ ਸਰਹੰਦ ਸ਼ਾਹੀ ਸੜਕ ਉੱਤੇ ਸੀ ਸੋ ਉਸ ਦਿਥਾਂ ਬੰਦਾ ਸਿੰਘ ਨੇ ਲੋਹਗੜ੍ਹ ਨੂੰ ਰਾਜਧਾਨੀ ਬਣਾਇਆ ਇਹਨਾਂ ਇਹ ਕਿਲਾ ਸੜਰੇ ਤੋਂ ਪੰਜ 6 6 ਕੋ ਦੂਰ ਪਹਾੜ ਦੀ ਕੰਢੀ ਵਿੱਚ ਸੀ ਕਿਲੇ ਵਿੱਚੋਂ ਉੱਚੇ ਥਾਂ ਤੇ ਚੁਫੇਰਾ ਨਿਵਾਂ ਸੀ ਜਿਸ ਤੇ ਦੋਹਾਂ ਪਾਸੇ ਦੇ ਨਾਲੇ ਵਗਦੇ ਸਨ ਜੋ ਜੋ ਚੁਫੇਰਿਆਂ ਕਿਲੇ ਨੂੰ ਘੇਰਦੇ ਸਨ ਟੁੱਟੇ ਹੋਏ ਕਿਲੇ ਦੀ ਮਰਮਮਤ ਕਰਕੇ ਉੱਪਰ ਕੇ ਨਿਸ਼ਾਨ ਸਾਹਿਬ ਜਿਹੜਾ ਚੁਲਾਇਆ ਗਿਆ ਇੱਥੇ ਜ਼ਿਕਰ ਕੇਸਰੀ ਨਿਸ਼ਾਨ ਸਾਹਿਬ ਦਾ ਆਉਂਦਾ ਹੈ ਸਰਹੰਦ ਅਤੇ ਸ਼ਹਿਰਾਂ ਵਿੱਚੋਂ ਲੁੱਟਿਆ ਹੋਇਆ ਮਾਨ ਮਾਲ ਉਥੇ ਲੋਹਗੜ੍ਹ ਵਿੱਚ ਖਜਾਨੇ ਵੇ ਜਮਾ ਕੀਤਾ ਗਿਆ ਖਾਲਸਾ ਫੌਜ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਕਹਿਨੀਆ ਸਨ ਜਦ ਕੋਈ ਮੁਗਲ ਬਾਦਸ਼ਾਹ ਤਖਤ ਤੇ ਬੈਠਦਾ ਸੀ ਉਹ ਆਪਣਾ ਜਿਹੜਾ ਸ਼ਾਨ ਜਲੂਸ ਜਿਹੜਾ ਚਲਾਉਂਦਾ ਸੀ ਸਿੰਘਾਂ ਨੇ ਸਰਹੰਦ ਦੀ ਫਤਿਹ ਦੇ ਦਿਨ ਤੋਂ ਸਿੱਖ ਰਾਜ ਦਾ ਸੰਮਤ ਜਿਹੜਾ ਹੈ ਉਹ ਚਾਲੂ ਕੀਤਾ ਸਿੱਖ ਬਾਦਸ਼ਾਹੀ ਦਾ ਅਸਲੀ ਮਾਲਕ ਗੁਰੂ ਮਹਾਰਾਜ ਨੂੰ ਸਮਝਦੇ ਸਨ ਸੋ ਉਹਨਾਂ ਦੇ ਨਾਂ ਉੱਤੇ ਨਾਨਕਸ਼ਾਹੀ ਸਿੱਖਾ ਤੇ ਮੋਹਰ ਬਣਾਏ ਗਏ ਸਿੱਕੇ ਦੇ ਜੋ ਬੋਲ ਲਿਖੇ ਗਏ ਹਨ ਉਹ ਮੈਂ ਆਪ ਜੀ ਦੇ ਨਾਲ ਸਾਂਝੇ ਕਰਦਾ ਹਾਂ ਜੋ ਫਾਰਸੀ ਵਿੱਚ ਹਨ ਲੇਕਿਨ ਉਹ ਮੈਂ ਬੋਲ ਕੇ ਸੁਣਾਣਾ ਸਿੱਕਾ ਜਦ ਪਰ ਹਰ ਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤਿਹ ਗੋਬਿੰਦ ਸਿੰਘ شاہੇ ਸ਼ਾਹਾ ਫਜ਼ਲ ਸੱਚਾ ਸਾਹਿਬ ਅਸਤ ਸਿੱਕੇ ਦੇ ਦੂਜੇ ਪਾਸੇ ਸੀ ਜਰਬਾ ਅਮਾਨ ਅਮਾਨੁਧਰ ਮਸਵਰਤ ਸ਼ਹਿਰ ਜੀਨਤ ਤੂ ਖਾਤੇ ਮੁਬਾਰਕ ਤਕ ਸ਼ਾਹੀ ਮੋਹਰ ਫਾਰਸੀ ਅੱਖਰਾਂ ਵਿੱਚ ਗੋਲ ਸ਼ਕਲ ਦੀ ਪੈਸੇ ਨਾਲੋਂ ਜਰਾ ਛੋਟੀ ਸੀ ਉਸ ਦੇ ਵੀ ਸ਼ਬਦ ਸਨ ਦੇਖ ਉਹ ਤੇਗੋ ਫਤੇ ਉਹ ਨੁਸਰਤ ਬੇਦ ਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਹੁਣ ਮੁਗਲਾਂ ਵਾਂਗ ਸਿੱਖਾਂ ਕੋਲ ਵੀ ਸਭ ਕੁਝ ਆਪਣਾ ਸੀ ਮੁਲਕ ਤਕਤ ਰਾਜਧਾਨੀ ਸਭ ਚੀਜ਼ਾਂ ਸਿੱਕਾ ਵੀ ਸੀ ਮੋਹਰ ਵੀ ਸੀ ਨਿਸ਼ਾਨ ਸਾਹਿਬ ਸੀ ਫੌਜ ਵੀ ਸੀ ਤੇ ਬੰਦਾ ਬੰਦਾ ਸਿੰਘ ਬਹਾਦਰ ਦੇ ਰੂਪ ਵਿੱਚ ਬਾਦਸ਼ਾਹ ਵੀ ਸੀ ਫਰਕ ਇਹ ਹੋ ਰਿਹਾ ਸੀ ਕਿ ਮੁਗਲਾਂ ਦਾ ਸਭ ਕੁਝ ਆਪਣੇ ਨਾਂ ਥੱਲੇ ਸੀ ਤੇ ਸਿੱਖਾਂ ਦਾ ਸਭ ਕੁਝ ਗੁਰੂ ਮਹਾਰਾਜ ਦੇ ਨਾਂ ਥੱਲੇ ਸੀ ਬੰਦਾ ਸਿੰਘ ਆਪਣੇ ਆਪ ਨੂੰ ਗੁਰੂ ਮਹਾਰਾਜ ਦਾ ਬੰਦਾ ਗੁਲਾਮ ਕਹਿੰਦਾ ਸੀ ਤੇ ਬਾਕੀ ਸਭ ਉਸ ਨੂੰ ਬਾਦਸ਼ਾਹ ਆਖਦੇ ਸਾਰੇ ਮਾਲਵੇ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਤਾਂ ਦੋਆਬੇ ਅਤੇ ਮਾਝੇ ਵਿੱਚ ਵੀ ਸਿੰਘਾਂ ਨੇ ਆਜ਼ਾਦੀ ਦਾ ਢੋਲ ਵਜਾ ਦਿੱਤੇ ਦੋਆਬਾ ਜਲੰਧਰ ਵਿੱਚ ਇੱਕ ਸੁल्तानਪੁਰ ਨੂੰ ਛੱਡ ਕੇ ਜਿੱਤੇ ਸ਼ਾਹੀ ਫੌਜਦਾਰ ਰਹਿੰਦਾ ਸੀ ਬਾਕੀ ਸਾਰੇ ਇਲਾਕੇ ਉੱਤੇ ਸਣੇ ਬिलासपुर ਦੇ ਆਧ ਪਹਾੜੀ ਰਿਆਸਤਾਂ ਦੇ ਸਿੰਘਾਂ ਨੇ ਕਬਜ਼ਾ ਕਰ ਲਿਆ ਮਾਝੇ ਵਿੱਚ ਕਸੂਰ ਤੇ ਲਾਹੌਰ ਨੂੰ ਦੇ ਸਿਆਰ ਛੱਡ ਕੇ ਦਰਿਆ ਰਾਵੀ ਦੇ ਬਿਆਸ ਦੇ ਅੰਦਰ ਪਠਾਨਕੋਟ ਦੀਆਂ ਪਹਾੜੀਆਂ ਤੱਕ ਹਾਲਸੇ ਨੇ ਮੱਲਾ 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 ਮਾਰੀਆਂ ਲਾਹੌਰ ਦੀ ਇਹ ਹਾਲਤ ਸੀ ਕਿ ਸ਼ਹਿਰ ਦੇ ਅੰਦਰ ਸੂਬਾ ਅਸलम ਖਾ ਬੈਠਾ ਸੀ ਤੇ ਸ਼ਾਲਾਮਰ ਬਾਗ ਤੱਕ ਸਿੰਘ ਮਾਰਾ ਮਾਰ ਕਰ ਰਹੇ ਸਨ ਛੇਰ ਦੇ ਇਲਾਕੇ ਤੇ ਮੋਲਾਣਿਆਂ ਨੇ ਮਜ਼ਬੀ ਜੋਸ਼ ਦੁਆਕੇ ਹੈਦਰੀ ਝੰਡਾ ਕਢਿਆ ਗਾਜ਼ੀ ਚਾਈ ਚਾਈ ਸ਼ਹੀਦੀ ਗਾਣੇ ਬਣ ਕੇ ਆਏ ਪਰ ਕੋਟਲਾ ਬੀਗਮ ਦੀ ਲੜਾਈ ਵਿੱਚ ਸਿੰਘਾਂ ਤੋਂ ਹਾਰ ਖਾ ਕੇ ਵਾਪਸ ਲਾਹੌਰ ਵੱਲ ਜਾ ਫੜੇ ਹੁਣ ਦਰਿਆ ਰਾਵੀ ਤੋਂ ਜਮਨਾ ਤੱਕ ਤੇ ਲਾਹੌਰ ਕਸੂਰ ਬਠਿੰਡਾ ਪਾਣੀਪਤ ਤੋਂ ਉੱਚੇ ਪਹਾੜਾ ਤੱਕ ਖਾਸੇ ਦਾ ਰਾਜ ਸੀ ਮੈਂ ਬੀਟ ਕਰਦਾ ਕਿ ਪਹਿਲਾ ਰਾਜ ਬੰਦਾ ਸਿੰਘ ਬਹਾਦਰ ਨੇ ਸਥਾਪਿਤ ਕੀਤਾ ਉਹਦਾ ਏਰੀਆ ਕੀ ਸੀਗਾ ਦਰਿਆ ਰਾਵੀ ਤੋਂ ਜਮਨਾ ਤੱਕ ਤੇ ਲਾਹੌਰ ਕਸੂਰ ਬਠਿੰਡਾ ਪਾਣੀਪਤ ਤੋਂ ਉੱਚੀਆਂ ਪਹਾੜਾਂ ਤੱਕ ਖਾਲਸੇ ਦਾ ਰਾਜ ਸੀ ਇਸ ਨੂੰ ਅਸੀਂ ਪਹਿਲਾ ਸਿੱਖ ਰਾਜ ਕਹਿ ਸਕਦੇ ਹਾਂ ਸਾਰਾ ਇਲਾਕਾ ਸਿੱਖ ਫੌਜਦਾਰਾਂ ਵਿੱਚ ਵੰਡਿਆ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਲੋਗੜ ਵਿੱਚ ਆਪ ਰਹਿੰਦੇ ਸਨ ਰਾਜ ਪ੍ਰਬੰਧ ਵਿੱਚ ਸਭ ਤੋਂ ਵੱਡਾ ਕੰਮ ਬਾਬਾ ਬੰਦਾ বাহাদুর ਜੀ ਨੇ ਇਹ ਕੀਤਾ ਜਿਹੜਾ ਬੜਾ ਇੰਪੋਰਟੈਂਟ ਹੈ ਜਿਹੜਾ ਅੱਜ ਵੀ ਯਾਦ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਜ਼ਿਮੀਂਦਾਰਾਂ ਦੀ ਜਿਹੜੀ ਮਲਕੀਅਤ ਹੈ ਉਹਦੀ ਦੇਣ ਜਿਹੜੀ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਨਹੀਂ ਤੇ ਪਹਿਲੇ ਜਿਹੜੇ ਵਾਣ ਵਾਲੇ ਹੁੰਦੇ ਸਨ ਉਹਨਾਂ ਕੋਲ ਜ਼ਮੀਨ ਹੀ ਨਹੀਂ ਸੀ ਹੁੰਦੀ ਉਹ ਮਜ਼ਾਰੇ ਹੀ ਹੁੰਦੇ ਸਨ ਦੂਜਿਆਂ ਦੀ ਵਾਣ ਵਾਸਤੇ ਜ਼ਮੀਨ ਤੋਂ ਸਾਰੇ ਇਲਾਕੇ ਵਿੱਚ ਜ਼ਿਮੀਂਦਾਰ ਢੰਗ ਉਡਾ ਕੇ ਵਾਹੀ ਕਰਨ ਵਾਲਿਆਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਤੇ ਸਰਕਾਰੀ ਮਾਮਲਾ ਸਿੱਧਾ ਉਹਨਾਂ ਤੋਂ ਲਿਆ ਇਸ ਤਰ੍ਹਾਂ ਕੁਝ ਗਿਣਤੀ ਦੇ ਜ਼ਿਮੀਦਾਰ ਤਾਂ ਵੈਰੀ ਬਣ ਗਏ ਪਰ ਹਜ਼ਾਰਾਂ ਵਾਹੀਵਾਨ ਸਿੱਖ ਰਾਜ ਦੇ ਹਾਮੀ ਬਣ ਗਏ ਖਾਸੇ ਦੀ ਚੜ੍ਹਦੀ ਕਲਾ ਵੇਖ ਕੇ ਅਨੇਕ ਹਿੰਦੂ ਤੇ ਮੁਸਲਮਾਨ ਸਿੱਖ ਬਣ ਗਏ ਇਸ ਤਰ੍ਹਾਂ ਇਸ ਥੋੜੇ ਸਮੇਂ ਵਿੱਚ ਹੀ ਸਿੱਖੀ ਵਿੱਚ ਝੁੱਖਾ ਵਧਾ ਹੋਇਆ ਇਹ ਸਾਰੀਆਂ ਖਬਰਾਂ ਅਨਸਾਰ ਬਾਦਸ਼ਾਹ ਗਾਦਰ ਸ਼ਾਹ ਨੂੰ ਪਹੁੰਚੀਆਂ ਤਾਂ ਉਹ ਦੱਖਣ ਤੋਂ ਸਿੱਧਾ ਸਿੰਘਾਂ ਦੀ ਬਗਾਵਤ ਨੂੰ ਦਬਾਉਣ ਵਾਸਤੇ ਚੜਿਆ ਤੇ ਕਿਵੇਂ ਉਸ ਨਾਲ ਟਕਰਾ ਜਿਹੜਾ ਹੁੰਦਾ ਹੈ ਉਹ ਅਗੋਂ ਅਗਲੇ ਵਾਰੀ ਲੈਕਚਰ ਦੇ ਵਿੱਚ ਮੈਂ ਕਵਰ ਕਰਾਂਗਾ ਤਾਂ ਅੱਜ ਵਿਚਾਰ ਕਰਦੇ ਹਾਂ ਹੋਈਆਂ अनेकाਪੁਰਾਂ ਦੀ ਆਪਸੋ ਦੋਹਾਂ ਜੋੜ ਕੇ ਕਿਵੇਂ ਮੰਗਦਾ ਹਾਂ ਆਓ ਗੱਟ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ